ਹੈਲੋ ਦੋਸਤੋ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜੁੜੇ ਰਹਿਣ ਲਈ, ਬਣੇ ਰਹਿਣ ਲਈ ਤੁਹਾਡਾ ਧੰਨਵਾਦ। ਆਏ ਦਿਨ ਇਸ ਤੋਂ ਨਵੀਂ ਨੋਟੀਫਿਕੇਸ਼ਨ ਦਿੰਦੇ, ਭਾਵੇਂ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ, ਟੀਚਰ ਬੇਸ ਕੋਈ ਨਿਊਜ਼ ਹੋਵੇ, ਜਾਂ ਫਿਰ ਕੋਈ ਨਵੀਂ ਗੌਰਮੈਂਟ ਜੋਬ ਦੀ ਕੋਈ ਜਾਣਕਾਰੀ ਹੋਵੇ, ਤਾਂ ਮੋਕ ਟੈਸਟ ਨੰਬਰ 132 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੀ ਵੀ ਕੈਂਡੀਡੇਟ ਆ ਚੁੱਕੇ ਆ ਮੋਕ ਟੈਸਟ ਨੰਬਰ 132 ਦੇ ਵਿੱਚ, ਤਾਂ ਬਹੁਤ ਬਹੁਤ ਸਵਾਗਤ ਹੈ ਜੀ ਉਹਨਾਂ ਦਾ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ, ਮੈਨੂੰ ਕਮੈਂਟ ਜ਼ਰੂਰ ਕਰ ਦਿਓ ਜੀ, ਫਿਰ ਆਪਾਂ ਸ਼ੁਰੂ ਕਰਾਂਗੇ ਲਾਈਵ ਮੋਕ ਟੈਸਟ। ਤਾਂ ਗੁਰਪ੍ਰੀਤ ਸਿੰਘ ਜੀ, ਪਵਨ ਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ, ਗੁਰਪ੍ਰੀਤ ਸਿੰਘ ਜੀ, ਪਵਨ ਕੁਮਾਰ ਜੀ, ਹਨੀ ਜੀ, ਸਰਗੁਣ ਕੌਰ ਜੀ, ਜਪਿੰਦਰ ਜੀ, ਸ਼ਸ਼ੀਕਾਂਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਲਾਈਵ ਮੋਕ ਟੈਸਟ ਦੇ ਵਿੱਚ, ਤਾਂ ਲਾਈਵ ਮੋਕ ਟੈਸਟ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ, ਸਰਗੁਣ ਕੌਰ ਜੀ, ਰਾਜਵਿੰਦਰ ਕੌਰ ਜੀ, ਬਹੁਤ ਵਧੀਆ ਜੀ। ਤੁਸੀਂ ਸੁਣਾਓ, ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਹੈ? ਤੁਸੀਂ ਦੱਸੋ ਜੀ, ਤੁਹਾਡਾ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਜੀ, ਬਹੁਤ ਬਹੁਤ ਸਵਾਗਤ ਹੈ ਜੀ ਉਹਨਾਂ ਦਾ। ਕਿਵੇਂ ਰਿਹਾ ਤੁਹਾਡਾ ਅੱਜ ਦਾ ਦਿਨ, ਦੱਸੋ ਜੀ, ਫਿਰ ਆਪਾਂ ਸ਼ੁਰੂ ਕਰਾਂਗੇ ਜੀ ਲਾਈਵ ਮੋਕ ਟੈਸਟ। ਪ੍ਰਿਆ ਅਰੋੜਾ ਜੀ, ਜੋ ਜੀ, ਬਹੁਤ ਬਹੁਤ ਸਵਾਗਤ ਹੈ ਜੀ ਜੋ ਜੀ। ਨਿਸ਼ੂ ਜੀ, ਆਰਤੀ ਮਹਿਤਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਆ ਲਾਈਵ, ਫਿਰ ਆਪਾਂ ਸ਼ੁਰੂ ਕਰਾਂਗੇ ਜੀ ਲਾਈਵ ਮੋਕ ਟੈਸਟ। ਤਾਂ ਜਿਹੜੇ ਵੀ ਕੈਂਡੀਡੇਟ ਆ ਚੁੱਕੇ ਹੈ, ਗੁਰਪ੍ਰੀਤ ਸਿੰਘ ਜੀ, ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਹੈ ਜੀ? ਪੈਰੀ ਜੀ, ਬਲਦੇਵ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਇੱਕ ਦੋ ਮਿੰਟ ਹੋਰ, ਫਿਰ ਆਪਾਂ ਸ਼ੁਰੂ ਕਰੀਏ ਲਾਈਵ ਮੋਕ ਟੈਸਟ। ਬਹੁਤ ਵਧੀਆ ਪੈਰੀ ਜੀ, ਬਹੁਤ ਵਧੀਆ। ਅਵਨੀਤ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਓਕੇ, ਥੈਂਕ ਯੂ ਦੋ ਜੀ, ਬਹੁਤ ਬਹੁਤ ਧੰਨਵਾਦ। ਅਵਨੀਤ ਜੀ, ਗੁਰਵੀਰ ਕੌਰ ਜੀ, ਜਸਪ੍ਰੀਤ ਸਿੰਘ ਜੀ, ਮੋਨਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਸ਼ੁਰੂ ਕਰਦੇ ਹਾਂ, ਕੁਲਵੰਤ ਸਿੱਧੂ ਜੀ, ਨਿਸ਼ਾ ਜੀ, ਤਾਂ ਸ਼ੁਰੂ ਕਰਦੇ ਹਾਂ ਜੀ। ਫਸਟ ਕੁਐਸਚਨ ਹੈ, ਦੇਖ ਲਓ, ਫਸਟ ਹੈ ਜੁਬੀਨੂਰ ਜੀ, ਬਹੁਤ ਬਹੁਤ ਸਵਾਗਤ ਹੈ। ਦੇਖੋ ਜੀ ਫਸਟ ਕੁਐਸਚਨ, ਦੇਖੋ ਜੀ ਫਸਟ ਕੁਐਸਚਨ ਹੈ ਰੇਨੂ ਬਾਲਾ ਜੀ, ਪ੍ਰੀਤ ਕੌਰ ਜੀ, ਨਿਸ਼ਾ ਜੀ, ਤਾਂ ਫਸਟ ਕੁਐਸਚਨ ਹੈ ਜੀ, ਚੂਹੇ ਤੋਂ ਕਿਹੜੀ ਬਿਮਾਰੀ ਫੈਲਦੀ ਹੈ? ਚੂਹੇ ਤੋਂ ਆਪਸ਼ਨ ਏ ਹੈਜਾ, ਆਪਸ਼ਨ ਬੀ ਨਿਮੋਨੀਆ, ਆਪਸ਼ਨ ਸੀ ਟ੍ਰੇਕੋਮਾ, ਆਪਸ਼ਨ ਡੀ ਪਲੇਗ, ਆਪਸ਼ਨ ਈ ਮਿਆਦੀ ਬੁਖਾਰ। ਤਾਂ ਚੂਹੇ ਤੋਂ ਕਿਹੜੀ ਬਿਮਾਰੀ ਫੈਲਦੀ ਹੈ? ਬਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਕੀ ਆਏਗਾ ਜੀ ਆਪਸ਼ਨ ਏ, ਬੀ, ਸੀ, ਡੀ, ਕੀ ਆਊਗਾ? ਕਿਹੜੀ ਬਿਮਾਰੀ ਹੈ ਜਿਹੜੀ ਉਹ ਚੂਹੇ ਤੋਂ ਫੈਲਦੀ ਹੈ? ਕੀ ਆਏਗਾ? ਯੈਸ, ਆਪਸ਼ਨ ਨੰਬਰ ਡੀ ਆਏਗਾ। ਡੀ ਬਿਲਕੁਲ ਰਾਈਟ ਹੈ, ਪਲੇਗ, ਪਲੇਗ ਦੀ ਬਿਮਾਰੀ। ਤਾਂ ਰਮਨ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਪਲੇਗ ਆਊਗਾ, ਆਪਸ਼ਨ ਨੰਬਰ ਡੀ ਆਊਗਾ। ਤਾਂ ਡੀ ਬਿਲਕੁਲ ਰਾਈਟ ਹੈ ਜੀ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਆ ਆਪਸ਼ਨ ਨੰਬਰ ਡੀ, ਤਾਂ ਡੀ ਬਿਲਕੁਲ ਰਾਈਟ ਹੈ, ਯਾਦ ਰੱਖਿਓ। ਪਲੇਗ ਦੀ ਬਿਮਾਰੀ ਜਿਹੜੀ ਉਹ ਚੂਹੇ ਤੋਂ ਫੈਲਦੀ ਹੈ, ਆਪਸ਼ਨ ਨੰਬਰ ਡੀ। ਤਾਂ ਨੈਕਸਟ ਕੁਐਸਚਨ ਕਰਦੇ ਹਾਂ ਆਪਾਂ, ਦੇਖੋ ਜੀ ਨੈਕਸਟ ਕੁਐਸਚਨ ਹੈ
नैक्सट है भारत में सब तो व्डा चिड़ियाघर जू भारत में सब तो व्डा चिड़ियाघर कितने है ऑप्शन ए महाराष्ट्र ऑप्शन बी कोलकाता ऑप्शन सी मुंबई ऑप्शन डी लखनऊ बहुत वधिया कुलवंत सिद्धू जी बहुत वधिया पैरी जी बहुत वधिया फस्ट क्वेश्चन सही हो गया शुरुआत वधिया 30 से 30 क्वेश्चन सही होने जी यस ब्लैक डैथ भी कहा जाता है जसप्रीत सिंह जी बहुत वधिया इनू ब्लैक डैथ भी कहा जाता है प्लेग नू याद रखियो तो भारत में सब तो वड्डा चिड़ियाघर कित्थे है महाराष्ट्र कोलकाता मुंबई लखनऊ सुखलाडी जी बहुत बहुत स्वागत है राइट ऑप्शन है ऑप्शन नंबर बी कोलकाता कोलकाता दे विच है कोलकाता दे विच भारत का सब तो वड्डा चिड़ियाघर है जे आप नाम देखिए तो एलीपोरा जू इनू कहा जाता है की कहा जाता है एलीपोरा जू भारत का सब तो वड्डा चिड़ियाघर कोलकाता दे विच है तो मैं जरूर कमेंट करके दस्यो कोलकाता किस स्टेट की राजधानी है कोलकाता केड़ी स्टेट की राजधानी है जिथे दुनिया भारत का सब तो वड्डा चिड़ियाघर है बिल्कुल कोलकाता एलीपोरा जू तो नैक्सट करते हैं आप बहुत वधिया जी जिहड़े भी कैंडीडेट ने दस्या बहुत वधिया दस्या नैक्सट क्वेश्चन करते हैं आप एंड नैक्सट क्वेश्चन वेरी मोस्ट इंपोर्टेंट है कोई ईजी क्वेश्चन नहीं है जी ये तो नैक्सट है ईश्वर गिल जी वेस्ट बंगाल यस वेस्ट बंगाल बिल्कुल राइट नैक्सट है हेठ लिखिया चो झाड़ी का एक उदाहरण है झाड़ी का केड़ा उदाहरण है ऑप्शन ए यस सीएम ममता बैनर्जी है बिल्कुल जी जसप्रीत सिंह जी तो गुलाब अंब सूरजमुखी ज पुदीना तो हेठ लिखिया चो झाड़ी का एक उदाहरण है झाड़ी का केड़ा उदाहरण है प्रियंका जी बहुत बहुत स्वागत है यस राजविंदर कौर जी दीदी यस तो झाड़ी का एक उदाहरण है केड़ा गुलाब अंब सूरजमुखी या पुदीना राइट ऑप्शन ऑप्शन नंबर ए गुलाब गुलाब बिल्कुल राइट ऑप्शन है बिल्कुल राइट ऑप्शन नंबर ए रोज गुलाब बिल्कुल राइट है ऑप्शन नंबर ए ये झाड़ी के होंगे बिल्कुल राइट है ऑप्शन ए बिल्कुल राइट जड़े भी कैंडिडेट दस रहे हैं क्वेश्चन नंबर है जी अपना 3 तो राइट सारे कैंडिडेट आ जाए करो जी 9 बजे थोड़ा पता है क्वेश्चन होंगे 30 तो थोड़ा जो स्पीड ना आप करते हैं ता कि 10 बजे तक आप ख़त्म कर सकी क्योंकि जे टाइम ज़्यादा लेट हों दिखा फिर क्वेश्चन जोड़े घटाने पै जाते हैं 25-26 करने पैंते हैं पर मैं ए आप 30 क्वेश्चन कर लिया करिए थोड़ी जी स्पीड न कर लिया करिए जल्दी ना सारे आ जाया करो तो नैक्सट है देखो जी नैक्सट क्वेश्चन है कीड़िया के पैरों की संख्या किन्नी होंगी है तो कीड़िया के सनी कुमार जी बहुत बहुत स्वागत है कीड़िया के पैरों की संख्या कीड़े ऑप्शन ए एक जोड़ा मतलब 2 पैर ऑप्शन बी 3 जोड़े मतलब 6 पैर ऑप्शन सी 4 जोड़े 8 ऑप्शन डी 2 जोड़े 4 की आएगा जी की आएगा कीड़िया के पैरों की संख्या मोना जी बहुत बहुत स्वागत है की आएगा जी कीड़िया के पैरों की कीड़ा भी आसे पासे नहीं है उन्होंने चक के देख लिए कि तेरे पैर किन्ने हैं पिछले का आंसर सी गुलाब ऑप्शन ए प्रीतपाल जी गुलाब दसो जी कीड़िया के पैरों की संख्या किन्नी होंगी है राइट ऑप्शन है ऑप्शन नंबर बी 3 जोड़े मतलब उन्हें 6 पैर होंगे है याद रखियो ऑप्शन नंबर बी 3 जोड़े मतलब 6 पैर 3 ए एक साइड पर होंगे है तो 3 दूजी साइड पर होंगे है तो 6 होंगे उनके टोटल पैर किन्ने होंगे 6 3 जोड़े होंगे है याद रखियो ऑप्शन नंबर बी आएगा याद रखियो जी ऑप्शन नंबर बी आऊगा उनके 6 पैर होंगे कीड़िया के बिल्कुल ऑप्शन नंबर बी आऊगा याद रखियो क्वेश्चन इंपॉर्टेंट है बट है सिंपल एग्जाम से क्वेश्चन आ जाए तो अपन कीड़ा भी नहीं लभना आसे पास
ਤੇ ਕੀੜਾ ਹੀ ਚੱਕ ਕੇ ਵੇਖ ਲਈ ਉਹਦੇ ਪੈਰ ਕਿੰਨੇ ਆ। ਨੈਕਸਟ ਨੈਕਸਟ ਕੁਐਸਚਨ ਹੈ ਜੀ, ਹੈਜ਼ੇ ਦਾ ਟੀਕਾ ਕਿਸ ਨੇ ਬਣਾਇਆ? ਜਿਹੜਾ ਹੈਜ਼ੇ ਦਾ ਟੀਕਾ ਹੁੰਦਾ ਉਹ ਕਿਹਨੇ ਬਣਾਇਆ ਸੀ? ਆਪਸ਼ਨ ਏ ਰੋਬਰਟ ਕੋਚ, ਆਪਸ਼ਨ ਬੀ ਜੌਨਸ ਈ ਸਾਲਕ, ਆਪਸ਼ਨ ਸੀ ਐਫ ਬੈਂਟਿੰਗ, ਆਪਸ਼ਨ ਡੀ ਐਡਵਰਡ ਜੈਨਰ। ਕੀ ਆਏਗਾ? ਤਾਂ ਰਿੰਪੀ ਜੀ ਬਹੁਤ ਬਹੁਤ ਸਵਾਗਤ ਹੈ, ਰਾਈਟ ਆ ਜਾਇਆ ਕਰੋ ਜੀ 9 ਵਜੇ। ਹੈਜ਼ੇ ਦਾ ਟੀਕਾ ਕਿਹਨੇ ਬਣਾਇਆ? ਇਗਜ਼ਾਮ 'ਚ ਕੀੜਾ ਵੀ ਨਹੀਂ ਲੱਭਣਾ। ਤਾਂ ਹੈਜ਼ੇ ਦਾ ਟੀਕਾ ਕਿਸਨੇ ਬਣਾਇਆ? ਕੀ ਆਏਗਾ ਜੀ? ਰੋਬਰਟ ਕੋਚ ਨੇ, ਜਾਨਸ ਈ ਸਾਲਕ ਨੇ, ਐਫ ਬੈਂਟਿੰਗ ਨੇ ਜਾਂ ਐਡਵਰਡ ਜੈਨਰ ਨੇ? ਕੀ ਆਏਗਾ? ਰਾਈਟ ਆਪਸ਼ਨ ਹੈ ਯੈਸ, ਥੋੜ੍ਹਾ ਜਿਹਾ ਇਹ ਲੱਗਦਾ ਹਨੀ ਜੀ, ਇਹ ਬਿਲਕੁਲ ਰਾਈਟ ਹੈ, ਰੋਬਰਟ ਕੋਚ। ਇਹ ਬਿਲਕੁਲ ਰਾਈਟ ਹੈ ਜੀ, ਆਪਸ਼ਨ ਨੰਬਰ ਏ ਰੋਬਰਟ ਕੋਚ ਨੇ ਬਣਾਇਆ ਹੈਜ਼ੇ ਦਾ ਟੀਕਾ, ਬਿਲਕੁਲ ਰਾਈਟ। ਯਾਦ ਰੱਖਿਓ ਆਪਸ਼ਨ ਨੰਬਰ ਏ ਆਏਗਾ, ਰੋਬਰਟ ਕੋਚ, ਆਪਸ਼ਨ ਨੰਬਰ ਏ, ਹੈਜ਼ੇ ਦਾ ਟੀਕਾ ਬਣਾਇਆ ਰੋਬਰਟ ਕੋਚ ਨੇ। ਨੈਕਸਟ ਕੁਐਸਚਨ ਕਰਦੇ ਹਾਂ ਜੀ ਆਪਾਂ, ਬਿਲਕੁਲ ਰਾਈਟ ਆਪਸ਼ਨ ਨੰਬਰ ਏ ਹੀ ਆਏਗਾ, ਇਹ ਬਿਲਕੁਲ ਰਾਈਟ ਹੈ, ਬਹੁਤ ਸੇ ਕੈਂਡੀਡੇਟ ਨੇ ਇਹ ਦੱਸਿਆ, ਬਹੁਤ ਵਧੀਆ। ਨੈਕਸਟ ਕਰਦੇ ਹਾਂ ਜੀ ਆਪਾਂ, ਹੈਜ਼ੇ ਦਾ ਟੀਕਾ ਬਣਾਇਆ ਰੋਬਰਟ ਕੋਚ ਨੇ। ਨੈਕਸਟ ਨੈਕਸਟ ਕੁਐਸਚਨ ਹੈ, ਦੇਖੋ ਜੀ ਨੈਕਸਟ ਹੈ, ਕਿਸਾਨ ਦਿਨ ਕਦੋਂ ਮਨਾਇਆ ਜਾਂਦਾ? ਕਿਸਾਨ ਦਿਨ ਕਦੋਂ ਮਨਾਇਆ ਜਾਂਦਾ? ਆਪਸ਼ਨ ਏ 20 ਦਸੰਬਰ, ਆਪਸ਼ਨ ਬੀ 21 ਦਸੰਬਰ, ਆਪਸ਼ਨ ਸੀ 22 ਦਸੰਬਰ, ਆਪਸ਼ਨ ਡੀ 23 ਦਸੰਬਰ। ਤਾਂ ਧਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ, ਰਾਈਟ ਆ ਜਾਇਆ ਕਰੋ ਜੀ 9 ਵਜੇ, ਸਾਰੇ ਕੈਂਡੀਡੇਟ ਰਾਈਟ 9 ਵਜੇ। ਤਾਂ ਕਿਸਾਨ ਦਿਨ ਕਦੋਂ ਮਨਾਇਆ ਜਾਂਦਾ ਜੀ? 20, 21, 22, 23 ਕਦੋਂ ਮਨਾਇਆ ਜਾਂਦਾ? ਕੀ ਲੱਗਦਾ ਤੁਹਾਨੂੰ ਕੀ ਆਊਗਾ? ਸੰਦੀਪ ਕੌਰ ਜੀ ਨੇ ਡੀ ਦੱਸਿਆ, ਈਸ਼ਵਰ ਗਿੱਲ ਜੀ ਨੇ ਡੀ, ਆਪਸ਼ਨ ਨੰਬਰ ਡੀ ਹੀ ਆਏਗਾ 23 ਦਸੰਬਰ। ਇੱਕ ਕੁਐਸਚਨ ਰਿਪੀਟਡ ਹੈ, 23 ਦਸੰਬਰ ਆਏਗਾ, ਆਪਸ਼ਨ ਨੰਬਰ ਡੀ ਆਏਗਾ 23 ਦਸੰਬਰ। ਤਾਂ ਆਪਸ਼ਨ ਨੰਬਰ ਡੀ 23 ਦਸੰਬਰ, ਇਹ ਕੁਐਸਚਨ ਰਿਪੀਟਡ ਕੁਐਸਚਨ ਸੀ ਮੋਕ ਟੈਸਟ ਦਾ। ਤਾਂ ਇਹ ਯਾਦ ਰੱਖਿਓ, ਕਿਸਾਨ ਦਿਵਸ 23 ਦਸੰਬਰ ਨੂੰ ਮਨਾਇਆ ਜਾਂਦਾ, ਆਪਣੇ ਜਿਹੜੇ ਪੁਰਾਣੇ ਪ੍ਰਧਾਨ ਮੰਤਰੀ ਹੈ ਚੌਧਰੀ ਚਰਨ ਸਿੰਘ ਜੀ, ਉਹਨਾਂ ਦਾ ਬਰਥਡੇ ਹੁੰਦਾ। ਤਾਂ ਡੀ ਆਪਸ਼ਨ ਆਏਗਾ ਜੀ 23 ਦਸੰਬਰ, ਡੀ ਬਿਲਕੁਲ ਰਾਈਟ ਹੈ, ਯੈਸ ਡੀ ਆਏਗਾ, ਯਾਦ ਰੱਖਿਓ। ਨੈਕਸਟ ਹੈ ਜੀ, WIPO ਇਹਦੀ ਫੁੱਲ ਫੋਰਮ ਕੀ ਹੈ? WIPO ਵਰਲਡ ਇੰਟਲੈਕਚੁਅਲ ਪ੍ਰੋਪਰਟੀ ਔਰਗਨਾਈਜੇਸ਼ਨ, ਆਪਸ਼ਨ ਏ, ਆਪਸ਼ਨ ਬੀ, ਆਪਸ਼ਨ ਸੀ, ਆਪਸ਼ਨ ਡੀ। ਤਾਂ WIPO ਦੇਖੋ, ਚਾਰਾਂ ਨੂੰ ਪੜ੍ਹਨਾ ਤੁਸੀਂ, ਚਾਰਾਂ ਨੂੰ, ਅਤੇ ਚਾਰਾਂ ਨੂੰ ਪੜ੍ਹ ਕੇ ਦੱਸਣਾ ਕਿ ਰਾਈਟ ਕਿਹੜੀ ਆਪਸ਼ਨ ਹੈ। ਵਰਲਡ ਇੰਟਲੈਕਚੁਅਲ ਪ੍ਰੋਪਰਟੀ ਔਰਗਨਾਈਜੇਸ਼ਨ, ਕੀ ਆਏਗਾ? ਵਰਲਡ ਇੰਟਲੈਕਚੁਅਲ ਪ੍ਰੋਪਰਟੀ ਔਰਗਨਾਈਜੇਸ਼ਨ, ਯੈਸ, ਜਿਹੜੇ ਵੀ ਕੈਂਡੀਡੇਟ ਦੱਸ ਰਹੇ ਹੈ, ਓਲ ਬਿਲਕੁਲ ਰਾਈਟ ਹੈ, ਬਿਕੋਜ਼ ਚਾਰੇ ਦੀਆਂ ਚਾਰੇ ਸੇਮ ਹੈ। ਚਾਰੇ ਹੀ ਪੜ੍ਹੋ ਧਿਆਨ ਨਾਲ, 2 ਤੋਂ 3 ਵਾਰੀ ਯਾਦ ਹੋ ਜਾਊਗੀ, ਤੁਹਾਨੂੰ ਭੁੱਲੂਗੀ ਨਹੀਂ। ਜਦੋਂ ਵੀ ਇਗਜ਼ਾਮ 'ਚ ਆਈ, ਜਦੋਂ ਵੀ ਤੁਸੀਂ ਪੜ੍ਹੋਗੇ, ਤੁਹਾਨੂੰ ਉਦੋਂ ਹੀ ਯਾਦ ਆ ਜਾਣੀ ਹੈ ਕਿ ਅਸੀਂ ਕੀਤੀ ਹੈ। WIPO ਵਰਲਡ ਇੰਟਲੈਕਚੁਅਲ ਪ੍ਰੋਪਰਟੀ ਔਰਗਨਾਈਜੇਸ਼ਨ, ਕੀ ਆਊਗਾ? ਚਾਰੇ ਦੀਆਂ ਚਾਰੇ ਸਹੀ ਹੈ, ਓਲ ਆਪਸ਼ਨ ਆਊਗੀ। ਤਾਂ ਅਮਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ, ਨੈਕਸਟ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਹੈ ਜੀ, ਵੈਰੀ ਵੈਰੀ ਮੋਸਟ ਇੰਪੋਰਟੈਂਟ ਕੁਐਸਚਨ ਹੈ, ਨੈਕਸਟ ਇਹਨੂੰ ਤਾਂ ਥੋੜ੍ਹਾ ਖਾਸ ਹੀ ਯਾਦ ਰੱਖਿਓ।
ਦੇਖੋ ਜੀ, ਭਾਰਤ ਵਿੱਚ ਪਹਿਲਾ ਜੈਵ ਮੰਡਲ ਖੇਤਰ ਦੀ ਸਥਾਪਨਾ ਕਦੋਂ ਹੋਈ? ਜੈਵ ਮੰਡਲ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਸਾਰਾ ਕੁਛ ਆ ਜਾਂਦਾ, ਸਾਰੇ ਤਰ੍ਹਾਂ ਦੇ ਜੀਵ ਜਿਹਦੇ ਵਿੱਚ ਹੁੰਦੇ ਉਹਨੂੰ ਜੈਵ ਮੰਡਲ ਕਿਹਾ ਜਾਂਦਾ। ਜਲ ਵਾਲੇ, ਥਲ ਵਾਲੇ, ਹਵਾ ਵਾਲੇ ਜੋ ਵੀ ਜੀਵ ਹੁੰਦੇ ਆ, ਜਿਹਨਾਂ 'ਚ ਜਲ ਜੀਵ ਵੀ ਹੁੰਦੇ ਆ, ਥਲ ਜੀਵ ਵੀ, ਮਤਲਬ ਜਿਹੜੇ ਜ਼ਮੀਨ 'ਤੇ ਰਹਿੰਦੇ ਆ, ਜਿਹੜੇ ਹਵਾ ਦੇ ਵਿੱਚ ਉੱਡੇ ਫਿਰਦੇ ਆ, ਉਹ ਵੀ ਉਹਨੂੰ ਕਹਿੰਦੇ ਜੈਵ ਮੰਡਲ। ਇਹ ਯਾਦ ਰੱਖਿਓ ਡਿਫਰੈਂਸ, ਜਿਹੜਾ ਜੈਵ ਮੰਡਲ ਕਹਿੰਦੇ ਕਿਹਨੂੰ ਹੈ। ਆਪਸ਼ਨ ਹੈ, ਸਭ ਤੋਂ ਜਿਹੜਾ ਪਹਿਲੇ ਨੰਬਰ 'ਤੇ ਜੈਵ ਮੰਡਲ ਦੀ ਸਥਾਪਨਾ ਹੋਈ ਉਹ ਕਿਹੜਾ? ਆਪਸ਼ਨ ਹੈ ਕਾਜ਼ੀਰੰਗਾ, ਆਪਸ਼ਨ ਬੀ ਮਾਨਸ, ਆਪਸ਼ਨ ਸੀ ਨੰਦਾ ਦੇਵੀ, ਆਪਸ਼ਨ ਡੀ ਨੀਲਗਿਰੀ। ਤਾਂ ਇਹ ਕੁਸ਼ਚਨ ਦਾ ਜਿਹੜਾ ਹੈਗਾ, ਤਾਂ ਸਰਗੁਣ ਕੌਰ ਜੀ, ਜੈਵ ਮੰਡਲ ਹੁਣੇ ਮੈਂ ਤੁਹਾਨੂੰ ਦੱਸਿਆ, ਤਾਂ ਇਹ ਕੁਸ਼ ਮਤਲਬ ਤੁਹਾਨੂੰ ਮੈਂ ਹੁਣੇ ਦੱਸਿਆ, ਜੈਵ ਮੰਡਲ ਜਿਹਦੇ 'ਚ ਜਲ ਵਾਲੇ ਜੀਵ ਵੀ ਹੋਣ, ਥਲ ਵਾਲੇ ਜੀਵ ਵੀ ਹੋਣ ਅਤੇ ਹਵਾ ਵਾਲੇ ਵੀ ਹੋਣ। ਰਾਈਟ ਆਪਸ਼ਨ ਹੈ, ਵੈਰੀ ਮੋਸਟ ਇੰਪੋਰਟੈਂਟ ਆਪਸ਼ਨ ਨੰਬਰ ਡੀ, ਨੀਲਗਿਰੀ। ਆਪਸ਼ਨ ਨੰਬਰ ਡੀ, ਨੀਲਗਿਰੀ ਇਜ਼ ਦਾ ਰਾਈਟ ਆਪਸ਼ਨ, ਜਿਹੜਾ 1986 ਦੇ ਵਿੱਚ ਸਥਾਪਨਾ ਹੋਈ ਸੀ ਨੀਲਗਿਰੀ। ਇਹ ਯਾਦ ਰੱਖਿਓ, ਆਪਸ਼ਨ ਨੰਬਰ ਡੀ, ਡੀ ਬਿਲਕੁਲ ਰਾਈਟ ਆਪਸ਼ਨ ਹੈ। ਨਮਸਤੇ ਟਿੰਕੂ ਕੁਮਾਰ ਜੀ, ਨਮਸਤੇ। ਯਾਦ ਰੱਖਿਓ ਆਪਸ਼ਨ ਨੰਬਰ ਡੀ, ਨੀਲਗਿਰੀ। ਯੈਸ, ਨੀਲਗਿਰੀ ਇਨ ਤਾਮਿਲਨਾਡੂ, 1986। ਇਹ ਯਾਦ ਰੱਖਣਾ ਤੁਸੀਂ, ਬਿਲਕੁਲ ਜਿਨ੍ਹਾਂ ਦਾ ਵੀ ਸਹੀ ਹੋ ਗਿਆ, ਬਹੁਤ ਵਧੀਆ ਗੱਲ ਹੈ। ਕੁਸ਼ਚਨ ਯਾਦ ਰੱਖਿਓ, ਜੈਵ ਮੰਡਲ ਦੀ ਜੋ ਮੈਂ ਡੈਫੀਨੇਸ਼ਨ ਦੱਸੀ ਹੈ ਉਹ ਵੀ ਨਾਲ ਹੀ ਦਿਮਾਗ 'ਚ ਉਵੇਂ ਦਾ ਉਵੇਂ ਰੱਖਿਓ। ਨੈਕਸਟ ਹੈ, ਦੇਖੋ ਜੀ ਨੈਕਸਟ, ਆਈਵਰੀ ਵਿਲਡ ਵੁੱਡ ਪੇਕਰ, ਇਹਦਾ ਨਾਮ ਦੇਖੋ ਕੀ ਹੈ, ਆਈਵਰੀ ਵਿਲਡ ਵੁੱਡ ਪੇਕਰ। ਇਹ ਕੀ ਹੈ, ਚਿੜੀ ਦਾ ਨਾਮ ਹੈ, ਕਬੂਤਰ ਦਾ ਨਾਮ ਹੈ, ਤੋਤੇ ਦਾ ਨਾਮ ਹੈ, ਜਾਂ ਬਾਜ਼ ਦਾ ਨਾਮ ਹੈ? ਆਈਵਰੀ ਵਿਲਡ ਵੁੱਡ ਮੇਕਰ, ਦਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਦੇਖੋ ਜੀ, ਇਹ ਕੀ ਹੈ, ਆਈਵਰੀ ਵਿਲਡ ਵੁੱਡ ਪੇਕਰ, ਇਹਦਾ ਨਾਮ ਜਿੰਨਾ ਪੜ੍ਹਨ ਦੇ ਵਿੱਚ ਅਟਪਟਾ ਹੈ, ਆਈਵਰੀ ਵਿਲਡ ਵੁੱਡ ਪੇਕਰ ਤਾਂ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਏ, ਚਿੜੀ। ਇਹ ਅਮਰੀਕਾ ਦੀ ਚਿੜੀ ਹੈ, ਅਮੇਰੀਕਾ ਦੀ ਹੈ, ਅਤੇ ਅਮੇਰੀਕਾ ਦੀ ਇੱਕੋ ਇੱਕ ਉਹ ਚਿੜੀ ਹੈ ਜਿਹੜੀ ਲੁਪਤ ਹੋ ਚੁੱਕੀ ਹੈ, ਜਿਹੜੀ ਹੁਣ ਨਹੀਂ ਹੈਗੀ। ਤਾਂ ਆਪਸ਼ਨ ਨੰਬਰ ਏ ਹੈ, ਇਹ ਚਿੜੀ ਹੈ, ਅਮਰੀਕਾ ਦੀ ਚਿੜੀ ਹੈ ਜਿਹੜੀ ਆਈਵਰੀ ਵਿਲਡ ਵੁੱਡ ਪੇਕਰ ਹੈ, ਤਾਂ ਇਹ ਚਿੜੀ ਜਿਹੜੀ ਅਮਰੀਕਾ ਦੀ ਲੁਪਤ ਹੋ ਚੁੱਕੀ ਹੈ, ਇਸ ਕਰਕੇ ਇੰਪੋਰਟੈਂਟ ਹੈ ਇੱਕੋ ਇੱਕ ਚਿੜੀ, ਤਾਂ ਯਾਦ ਰੱਖਿਓ। ਸ਼ਿਵ ਗੁਰੂ ਜੀ ਬਹੁਤ ਬਹੁਤ ਸਵਾਗਤ ਹੈ, ਗੁੱਡ ਈਵਨਿੰਗ ਜੀ ਕਾਂਤਾ ਰਾਣੀ ਜੀ। ਯਾਦ ਰੱਖਿਓ ਜੀ ਆਪਸ਼ਨ ਨੰਬਰ ਏ, ਚਿੜੀ। ਤਾਂ ਨੈਕਸਟ ਕਰਦੇ ਹਾਂ, ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ, ਬਿਲਕੁਲ ਆਪਸ਼ਨ ਨੰਬਰ ਏ, ਰਾਜਦੀਪ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਨੈਕਸਟ ਕਰਦੇ ਹਾਂ ਆਪਾਂ, ਯਾਦ ਰੱਖਿਓ ਇਹਨੂੰ। ਨੈਕਸਟ ਨੈਕਸਟ ਦੇਖੋ ਜੀ, ਇਹਦੇ ਵਿੱਚੋਂ ਕਿਹੜਾ ਸਹੀ ਹੈ ਤੁਸੀਂ ਇਹ ਦੱਸਣਾ, ਦੇਖੋ ਇਹਦੇ ਵਿੱਚੋਂ ਕਿਹੜਾ ਸਹੀ ਹੈ। ਦੇਖੋ ਏ 'ਤੇ ਕੀ ਲਿਖਿਆ ਹੋਇਆ, ਨਿਰੀ, ਐਨ ਡਬਲ ਈ ਆਰ ਆਈ, ਅਹਿਮਦਾਬਾਦ ਵਿੱਚ ਸਥਿਤ ਹੈ ਆਪਸ਼ਨ ਏ। ਆਪਸ਼ਨ ਬੀ, ਨਿਰੀ ਦਾ ਸੰਬੰਧ ਹੈ ਜਿਹੜਾ ਉਹ ਪਾਣੀ ਦੀ ਸੁਰੱਖਿਆ ਨਾਲ ਹੈ, ਦੱਸੋ ਕਿਹੜਾ ਸਹੀ ਹੈ। ਓਨਲੀ ਏ, ਓਨਲੀ ਬੀ, ਓਨ ਬੋਥ, ਜਾਂ ਕੋਈ ਨਹੀਂ? ਐਨ ਈ ਈ ਆਰ ਆਈ, ਨੈਸ਼ਨਲ ਇਨਵਾਇਰਮੈਂਟ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ। ਯਾਦ ਰੱਖਿਓ, ਨੈਸ਼ਨਲ ਇਨਵਾਇਰਮੈਂਟ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ, ਯਾਦ ਰੱਖਿਓ। ਫਿਰ ਮੈਂ ਇੱਕ ਵਾਰ ਦੱਸ ਦਿੰਦਾ, ਨੈਸ਼ਨਲ
इनवायरमेंट इंजीनियरिंग रिसर्च इंस्टीट्यूट। राइट ऑप्शन है जी, राइट ऑप्शन जेड़े भी कैंडिडेट ने दसिया है, राइट ऑप्शन आएगा ऑप्शन नंबर डी, कोई नहीं की आऊगा डी ऑप्शन। देखो जी जेड़ा नीरी है ये अहमदाबाद दे विच नहीं है, नागपुर दे विच है। देखो एन तो इहदा नाम शुरू है तो ये आऊगा कि नागपुर। इहदा संबंध पानी की सुरक्षा नाल नहीं है, इहदा जेड़ा संबंध है वह पानी की सप्लाई दे नाल है कि पानी की सप्लाई किवें करनी है, पानी का पूरा मतलब अगों का जेड़ा यूज़ हुंदा है उहनू लैके है, पानी की सुरक्षा नाल नहीं है, पानी नू अगे किवें भेजना उहदे नाल नीरी का संबंध है। देख लो जी बिल्कुल मनीष जी, यस डी ऑप्शन है। तो नीरी कित्थे है, एन तो नीरी, एन तो नागपुर, याद रखियो। तो जिहड़ी फुल फॉर्म भी मैं दसी है वह भी तुसी याद रखनी है। हुण तक आपां क्वेश्चन की किते सी कि बहुत सही है बहुत वाले, पर इको एक क्वेश्चन है जिहड़े दोनों ही गलत है। नमस्ते जी समृद्ध जी, नमस्ते। नैक्सट है देखो जी, ब्राज़ील दी कौमी खेड केड़ी है, ब्राज़ील दी कौमी खेड। तो ब्राज़ील दी कौमी खेड केड़ी है, ऑप्शन ए क्रिकेट, ऑप्शन बी हॉकी, ऑप्शन सी फुटबॉल, ऑप्शन डी बैडमिंटन। ब्राज़ील दी कौमी खेड, ब्राज़ील की आएगा जी, ऑप्शन ए, ऑप्शन बी, ऑप्शन सी, ऑप्शन डी। राइट ऑप्शन है ऑप्शन नंबर सी फुटबॉल, ऑप्शन नंबर सी आएगा फुटबॉल, बिल्कुल राइट ऑप्शन है। तो नेक्स्ट क्वेश्चन करते हैं जी आप, फुटबॉल बिल्कुल राइट ऑप्शन है, नेक्स्ट क्वेश्चन करते हैं आप। नेक्स्ट देख लो जी, रेड क्रॉस का मुख दफ्तर कित्थे है। देखो जी जरा रेड क्रॉस की जी स्थापना हुई है वो देखो 1863 1863 साइड से ता लिखे है कि एग्जाम जो पूछ लैन कि रेड क्रॉस की स्थापना हुई है 1863 तो इनका मुख दफ्तर इनका हैडक्वाटर कित्थे है, अमेरिका दे विच, स्विट्जरलैंड दे विच, चाइना दे विच, या उत्तरी अमरीका दे विच। की आए बहुत वधिया जी, जिन्होंने दसिया दसो जी की आएगा, रेड क्रॉस का हैडक्वाटर कित्थे है, क्योंकि ये होंगे एग्जाम तो पूछे जाते हैं हैडक्वाटर की आएगा। राइट ऑप्शन जेड़े भी कैंडिडेट दस रहे हैं की आएगा जी, स्विट्जरलैंड, ऑप्शन नंबर बी स्विट्जरलैंड आएगा, जनेवा, जनेवा दे विच है, जनेवा कित्थे है, स्विट्जरलैंड। बस इन्ना ही याद रखना, रेड क्रॉस की स्थापना 1863 च हुई है तो रेड क्रॉस का जिहड़ा मुख दफ्तर है वो कित्थे है, जनेवा स्विट्जरलैंड दे विच, याद रखियो ऑप्शन नंबर बी। तो बिल्कुल जी ऑप्शन नंबर बी आएगा, तो बी बिल्कुल राइट है, कि आऊगा जी स्विट्जरलैंड जनेवा, तो बिल्कुल जी बहुत वधिया। तो गुरबीर कौर जी पूछ रहे हैं 11वां क्वेश्चन, तो आता है जी फुटबॉल, पिछले क्वेश्चन दसी फुटबॉल। नेक्स्ट है देखो जी, बीहू किस राज का मुख नाच है, बीहू बीहू किस राज का मुख नाच है, तमिलनाडु, बिहार, असम या उत्तराखंड। तो बीहू किस राज का मुख नाच है, क्या है
राइट ऑप्शन है जी असाम। असाम ऑप्शन नंबर सी आएगा। असाम दा ही है बीहू। असाम दी ट्रिक थोनू याद ही होनी है, माना ना मेरी असम का काजी, करवा दी मेरी औरंग शेखवा के साथ शादी। तब बीहू किस राज दा मुख लोक नाच है? असाम। बिल्कुल राइट है जी, असाम आएगा। असाम दी कैपिटल भी उस दिन थोनू मैं दसी सी कि आएगी जी दिसपुर। यस लिख रहे ने निशा जी, बिट्टू जी लिखते जाया करो, असाम दी कैपिटल की है दिसपुर। नेक्स्ट करते हैं जी आप। नेक्स्ट है, नेक्स्ट देखो जी, नगुल्ट्रम की लिखा हुआ है। नगुल्ट्रम किस देश की मुद्रा है? नगुल्ट्रम तां नगुल्ट्रम रेड क्रॉस का आएगा जी 1863 दे विच उनकी स्थापना, ते स्विट्जरलैंड दे विच उनका हैडक्वार्टर। प्रीत कौर जी लिख लियो, तां नगुल्ट्रम किस देश की मुद्रा? नेपाल, भूटान, बंगलादेश, भारत। यस सर्वानंद सोनोवाल जी असाम के सी एम है। जसप्रीत सिंह जी बहुत वधिया। की आएगा जी, की आएगा? नगुल्ट्रम किस देश की मुद्रा? राइट ऑप्शन ऑप्शन नंबर बी भूटान। तो भूटान आएगा, बिल्कुल राइट ऑप्शन नंबर बी भूटान। तो भूटान बिल्कुल राइट है जी, बिल्कुल राइट है भूटान। अपने इंडिया दी है रुपया, अपने इंडिया दी मुद्रा केड़ी है? रुपया। रुपया जिन्हों आप रुपीस कहने हैं, तो एक गल याद रखियो, अगर एग्जाम च ये आ गया कि अपने भारत दी मुद्रा केड़ी है, तो उत्थे थोनू रुपया भी पाया हो तो पैसा भी पाया हो, बट तुसी याद ना रुपया लिखना है, बिकॉज पैसा तो रुपये का एक पार्ट है, मतलब एक रुपये दे विच 100 पैसे होंगे है, तो करके पैसा तो उनका एक पार्ट है, मेन जिहड़ी अपनी करंसी है वह रुपया है, रुपीस। तो याद रखियो, यहोजे कई बार क्वेश्चन पजल कर जाते हैं, पर आप पजल नहीं होना। नैक्सट देखो जी, मुद्रा मीनस पैसे, उत्थे चली प्रचलित की है सरगुण कौर जी, उत्थे चलता की है, मतलब अपने इतने रुपया चलता, तो अपनी मुद्रा रुपया। यस बांग्लादेश की टका। देखो जी, शरीर के वक् वक् अंगों का विकास डैश दर नाल हुंदा है, ये क्वेश्चन बाल विकास दे है। शरीर के वक् वक् अंगों का विकास डैश दर नाल हुंदा है, इको समान। ऑप्शन बी कदे समान कदे असमान। ऑप्शन सी इन्हां चो कोई नहीं। ऑप्शन डी वक् वक्। शरीर के वक् वक् अंगों का विकास वक् वक् दर नाल हुंदा है, ऑप्शन नंबर डी। तो बिल्कुल जी, किसी शरीर के किसी पार्ट का जिहड़ा विकास है तेजी हुंदा, किसी पार्ट का विकास जिहड़ा घट हुंदा, तो ऑप्शन नंबर डी बिल्कुल राइट है जी, वक् वक्। तो ऑप्शन नंबर डी बिल्कुल राइट है। नैक्सट क्वेश्चन करते हैं आप। नैक्सट क्वेश्चन है, देखो जी क्वेश्चन नंबर नेक्स्ट। नवजम्मे बच्चे वेच भी चिंता का संवेग हुंदा है, ये किसने किया है? भी जिहड़ा नवा बच्चा हुंदा है उहदे वेच भी चिंता का संवेग हुंदा है। ऑप्शन ए द रैंके, ऑप्शन बी सुसन इसाक, ऑप्शन सी ब्रिजिस, ऑप्शन डी कोल। तो नवजम्मे बच्चे वेच भी चिंता का संवेग हुंदा है, तरेंके, सुसन इसाक, ब्रिजम ब्रिजस या कोल। की आएगा जी, एक किने क्या है? नवा जा क्वेश्चन है बट याद रखना है तुसे। राइट ऑप्शन है ऑप्शन नंबर ए, ए ऑप्शन इज द राइट ऑप्शन। रैंके किने क्या है? रैंके ने क्या है? ऑप्शन नंबर ए। ये छोटी सी लाइन है, याद रखे हो,
ਕਿ ਨਵ ਜੰਮੇ ਬੱਚੇ ਵਿੱਚ ਵੀ ਚਿੰਤਾ ਦਾ ਸੰਵੇਗ ਹੁੰਦਾ, ਉਹ ਕੀ ਨੇ ਕਿਹਾ ਰੈਂਕੇ ਨੇ, ਨੋਟ ਆ ਸੁਸਨ, ਨੋਟ ਆ ਬਰਿਜਿਸ, ਨੋਟ ਆ ਕੋਲ, ਰੈਂਕੇ ਨੇ ਕਿਹਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਪਸ਼ਨ। ਬਿਲਕੁਲ ਜੀ ਆਪਸ਼ਨ ਨੰਬਰ ਏ ਆਏਗਾ। ਨੈਕਸਟ ਕੁਐਸਚਨ ਕਰਦੇ ਹਾਂ, ਦੇਖੋ ਜੀ ਨੈਕਸਟ ਹੈ, ਸਕਰੀਨਸ਼ੋਟ ਲੈ ਸਕਦੇ ਹੋ ਜੀ, ਯਾਦ ਰੱਖ ਸਕਦੇ ਹੋ। ਵਰਲਡ ਹੈਲਥ ਡੇ ਥੱਲੇ ਲਿਖਿਆ ਹੋਇਆ 7 ਅਪ੍ਰੈਲ, ਤਾਂ ਵਰਲਡ ਹੈਲਥ ਡੇ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਉਹਦੀ ਤਸਵੀਰ, ਤਾਂ ਉਹਦੀ ਤਸਵੀਰ ਹੈ ਜੀ, ਇਹਨੂੰ ਯਾਦ ਰੱਖਿਓ। ਤਸਵੀਰ ਵੇਖ ਕੇ ਆਪਾਂ ਨੂੰ ਛੇਤੀ ਯਾਦ ਹੋ ਜਾਂਦਾ, ਤਾਂ ਕੀ ਆਏਗਾ ਵਰਲਡ ਹੈਲਥ ਡੇ 7 ਅਪ੍ਰੈਲ, ਯਾਦ ਰੱਖਿਓ। ਬਿਲਕੁਲ ਰਾਈਟ, 7 ਅਪ੍ਰੈਲ, ਤਾਂ ਇਹਨੂੰ ਯਾਦ ਰੱਖਣਾ। ਲੱਕੀ ਜੀ ਨਮਸਤੇ ਜੀ, ਮੁੱਢਲੀ ਬਾਲ ਅਵਸਥਾ ਦੌਰਾਨ ਕਿਹੜੇ ਦੋਸ਼ ਵਿਕਸਿਤ ਹੋ ਸਕਦੇ ਹਨ? ਆਪਸ਼ਨ ਏ ਬੋਲ ਦੋਸ਼, ਆਪਸ਼ਨ ਬੀ ਤੁਰਨ ਦੋਸ਼, ਆਪਸ਼ਨ ਸੀ ਬੈਠਣ ਦੋਸ਼, ਆਪਸ਼ਨ ਡੀ ਖਾਣ ਪੀਣ ਦੋਸ਼। ਤਾਂ ਮੁੱਢਲੀ ਬਾਲ ਅਵਸਥਾ ਦੌਰਾਨ ਕਿਹੜੇ ਦੋਸ਼ ਵਿਕਸਿਤ ਹੋ ਸਕਦੇ ਹਨ? ਸਭ ਤੋਂ ਪਹਿਲਾ ਪੁਆਇੰਟ ਯਾਦ ਰੱਖਿਓ, ਮੁੱਢਲੀ ਬਾਲ ਅਵਸਥਾ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ 3 ਤੋਂ 4 ਸਾਲ, ਕਿਹੜੀ ਹੁੰਦੀ ਹੈ 3 ਤੋਂ 4 ਸਾਲ ਦੌਰਾਨ। ਤਾਂ ਮੁੱਢਲੀ ਬਾਲ ਅਵਸਥਾ ਦੌਰਾਨ ਜਿਹੜੀ ਵੀ ਦੋਸ਼ ਆ ਸਕਦੇ ਹੈ ਉਹ ਹੈ ਜੀ ਆਪਸ਼ਨ ਨੰਬਰ ਏ ਬੋਲ ਦੋਸ਼, ਬੋਲਣ ਨੂੰ ਲੈ ਕੇ ਦੋਸ਼ ਜਿਹੜਾ ਆ ਸਕਦਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਪਸ਼ਨ। ਮੁੱਢਲੀ ਬਾਲ ਅਵਸਥਾ ਦੌਰਾਨ ਕਿਹੜੇ ਦੋਸ਼ ਵਿਕਸਿਤ ਹੋ ਸਕਦੇ ਆ? ਬੋਲ ਦੋਸ਼, ਆਪਸ਼ਨ ਨੰਬਰ ਏ 499%। ਜੈ ਸ਼ੰਕਰ ਜੀ, ਬਿਲਕੁਲ। ਨੈਕਸਟ ਕਰਦੇ ਹਾਂ ਆਪਾਂ, ਬਿਲਕੁਲ ਜੀ ਏ ਹੀ ਆਏਗਾ। ਨੈਕਸਟ ਕੁਐਸਚਨ ਹੈ, ਨੈਕਸਟ ਹੈ ਜੀ, ਸਧਾਰਨ ਤੌਰ 'ਤੇ ਦੇਖੋ ਜੀ, ਮੁੱਢਲੀ ਬਾਲ ਅਵਸਥਾ ਦੇ ਦੌਰਾਨ ਸਿਰਫ ਬੋਲ ਦਾ ਜਿਹੜਾ ਦੋਸ਼ ਹੁੰਦਾ ਬੱਚਿਆਂ ਨੂੰ ਬੋਲਣ ਦੀ ਜਿਹੜੀ ਹੁੰਦੀ ਆ ਉਹੀ ਪ੍ਰੋਬਲਮ ਆਊ। ਅਗਰ ਬੱਚਾ ਸ਼ੁਰੂ ਤੋਂ ਤੁਰਨਾ ਸ਼ੁਰੂ ਹੋ ਗਿਆ ਤਾਂ ਉਹ ਤੁਰੂਗਾ ਵੀ, ਬੈਠੂਗਾ ਅਤੇ ਖਾਣ ਪੀਣ ਦੀ ਵੀ ਉਹ ਠੀਕ ਰਹੂਗਾ। ਸਿਰਫ ਇੱਕ ਜਿਹੜਾ ਬੋਲ ਦਾ ਹੀ ਪ੍ਰੋਬਲਮ ਹੁੰਦੀ ਆ ਉਹੀ ਹੁੰਦੀ ਹੈ, ਕਿਉਂਕਿ ਜਦੋਂ 3-4 ਸਾਲਾਂ ਦਾ ਆਪਾਂ ਨੂੰ ਪਤਾ ਲੈਂਗੁਏਜ ਸਿੱਖਣ ਲੱਗਦਾ ਉਹੀ ਪ੍ਰੋਬਲਮ ਉਹਨੂੰ ਆਉਂਦੀ ਹੈ, ਹੋਰ ਨਹੀਂ ਆਉਂਦੀ। ਨੈਕਸਟ ਦੇਖੋ ਜੀ, ਸਧਾਰਨ ਤੌਰ 'ਤੇ ਜਿਹੜਾ ਵੀ ਕੁਐਸਚਨ ਤੁਹਾਨੂੰ ਲੱਗੇ ਮੈਨੂੰ ਉਹਦੀ ਪੁੱਛ ਲਿਆ ਕਰੋ। ਸਧਾਰਨ ਤੌਰ 'ਤੇ ਡਾਊਟ ਹੋਵੇ ਤਾਂ ਤੁਹਾਨੂੰ ਕਿਸੇ ਵੀ ਕੁਐਸਚਨ 'ਤੇ, ਸਧਾਰਨ ਤੌਰ 'ਤੇ ਗਤੀਆ ਅਗਿਆਨਾਤਮਕ ਵਿਕਾਸ ਦਾ ਸਿਧਾਂਤ ਕਿਸ ਵਿਦਵਾਨ ਦੇ ਨਾਂ ਨਾਲ ਜੁੜਿਆ? ਆਪਸ਼ਨ ਏ ਲੈਵਿਨ, ਆਪਸ਼ਨ ਬੀ ਪਿਆਜੇ, ਆਪਸ਼ਨ ਸੀ ਕੋਲਬਰਗ, ਆਪਸ਼ਨ ਡੀ ਵਾਈਗੋਤਸੀ। ਤਾਂ ਗਿਆਨਾਤਮਕ ਵਿਕਾਸ ਦਾ ਜਿਹੜਾ ਸਿਧਾਂਤ ਹੈ ਉਹ ਪਿਆਜੇ ਦੇ ਨਾਮ ਨਾਲ ਜੁੜਿਆ, ਤਾਂ ਪਿਆਜੇ ਆਏਗਾ ਜੀ ਆਪਸ਼ਨ ਨੰਬਰ ਬੀ, ਯਾਦ ਰੱਖਿਓ। ਨੈਤਿਕ ਆ ਜੇ ਤਾਂ ਕੋਲਬਰਗ, ਜੇ ਗਿਆਨਾਤਮਕ ਆ ਜੇ ਤਾਂ ਪਿਆਜਾ, ਇਹ ਬਸ ਇਹੀ ਡਿਫਰੈਂਸ ਯਾਦ ਰੱਖਿਓ। ਨੈਤਿਕ ਆ ਜੇ ਕੋਲਬਰਗ, ਗਿਆਨਾਤਮਕ ਆ ਜੇ ਪਿਆਜਾ, ਯਾਦ ਰੱਖਿਓ। ਵੈਰੀ ਈਜ਼ੀ ਹੈ ਦੋਨਾਂ ਦੇ ਡਿਫਰੈਂਸ। ਤਾਂ ਅਗਰ ਤੁਹਾਨੂੰ ਕਿੰਡਰਗਾਰਡਨ ਦੀ ਗੱਲ ਆ ਜੇ ਤਾਂ ਫਰੋਬਲ ਨਾਮ ਯਾਦ ਰੱਖਿਓ, ਨਾਲੋ ਨਾਲ ਜਿਹੜੇ ਕੁਐਸਚਨ ਬਣਦੇ ਆ ਉਹਨਾਂ ਨੂੰ ਉਵੇਂ ਯਾਦ ਕਰਦੇ ਜਾਓ। ਅਗਰ ਨੈਤਿਕ ਦੀ ਗੱਲ ਕੀਤੀ ਹੈ ਮੇਨ ਪੁਆਇੰਟ ਕੋਲਬਰਗ ਦਾ ਆਊਗਾ, ਗਿਆਨਾਤਮਕ ਦੀ ਗੱਲ ਕੀਤੀ ਹੈ ਪਿਆਜੇ ਨੂੰ ਮੁੱਕ ਰੱਖਾਂਗੇ, ਕਿੰਡਰਗਾਰਡਨ ਸਕੂਲ ਦੀ ਗੱਲ ਕੀਤੀ ਹੈ ਤਾਂ ਫਰੋਬਲ ਨੂੰ ਅੱਗੇ ਰੱਖਾਂਗੇ। ਜਿਹੜੇ ਸ਼ੁਰੂ ਤੋਂ ਮੋਕ ਟੈਸਟ ਦੇਖਦੇ ਆ, ਮੋਕ ਟੈਸਟ ਨੰਬਰ 5 ਜਾਂ 6 ਤੋਂ ਆਪਾਂ ਇਹ ਸ਼ੁਰੂ ਕਰਤੇ ਸੀ ਕੁਐਸਚਨ ਇਹਨਾਂ ਦੇ ਜਿਹੜੇ ਇਹੋ ਜਿਹੇ, ਤਾਂ ਉਦੋਂ ਤੋਂ ਹੀ ਮੈਂ ਤੁਹਾਨੂੰ ਦੱਸਦਾ ਆ ਰਿਹਾ ਸਾਰੇ ਪੁਆਇੰਟ, ਕੀ ਪੁਆਇੰਟ ਜਿਨ੍ਹਾਂ ਨੂੰ ਆਪਾਂ ਕਹਿ ਦਈਏ। ਤਾਂ ਨੈਕਸਟ ਹੈ,
ਦੇਖੋ ਜੀ ਨੈਕਸਟ ਕੀ ਲਿਖਿਆ ਹੋਇਆ, ਢੁਕਵੇਂ ਵਿਕਾਸ ਲਈ ਵਾਈਗੋਤਸਕੀ ਹੇਠ ਲਿਖੇ ਲਿਖਿਆਂ ਵਿੱਚੋਂ ਕਿਸ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਨ? ਵਾਈਗੋਤਸਕੀ ਦੀ ਗੱਲ ਦੱਸੀ ਹੈ। ਆਪਸ਼ਨ ਏ ਨਕਲ ਦੁਆਰਾ ਸਿੱਖਣਾ, ਆਪਸ਼ਨ ਬੀ ਸਮਾਜਿਕ ਸਿੱਖਣ ਅਤੇ ਅੰਤਰ ਵਿਅਕਤੀਗਤ ਕਿਰਿਆਵਾਂ, ਆਪਸ਼ਨ ਸੀ ਸਿਰਫ ਖੁਦ ਦੇ ਅਨੁਭਵ ਨਾਲ ਸਿੱਖਣਾ, ਆਪਸ਼ਨ ਡੀ ਮਾਤਾ ਪਿਤਾ ਅਤੇ ਅਧਿਆਪਕਾਂ ਦੁਆਰਾ ਦਿੱਤੇ ਗਏ ਨਿਰਦੇਸ਼। ਤਾਂ ਦੱਸੋ ਜੀ ਕੀ ਆਊਗਾ। ਕੀ ਆਊਗਾ ਜੀ, ਢੁਕਵੇਂ ਵਿਕਾਸ ਲਈ ਵਾਈਗੋਤਸਕੀ ਹੇਠ ਲਿਖਿਆਂ ਵਿੱਚੋਂ ਕਿਸ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਨ? ਰਾਈਟ ਆਪਸ਼ਨ, ਆਪਸ਼ਨ ਨੰਬਰ ਬੀ ਸਮਾਜਿਕ ਸਿੱਖਣ ਅਤੇ ਅੰਤਰ ਵਿਅਕਤੀਗਤ ਕਿਰਿਆਵਾਂ। ਆਪਸ਼ਨ ਨੰਬਰ ਬੀ ਆਊਗਾ, ਸਮਾਜਿਕ ਸਿੱਖਣ ਅਤੇ ਅੰਤਰ ਵਿਅਕਤੀਗਤ ਕਿਰਿਆਵਾਂ। ਤਾਂ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਤਾਂ ਜਿਹੜੇ ਵੀ ਕੈਂਡੀਡੇਟ ਨੇ ਬੀ ਦੱਸਿਆ, ਬਿਲਕੁਲ ਰਾਈਟ ਹੈ ਜੀ ਆਪਸ਼ਨ ਨੰਬਰ ਬੀ। ਤਾਂ ਬਹੁਤ ਵਧੀਆ ਕੁਸ਼ਚਨ ਸੀ। ਨੈਕਸਟ ਤੁਸੀਂ ਦੇਖ ਸਕਦੇ ਹੋ ਜੀ, ਆ ਮੇਲਾ ਤਾਂ ਆਪਾਂ ਪੁਰਾਣਾ ਹੀ ਜਿਹੜਾ ਇੱਕ ਕੀਤਾ ਹੋਇਆ, ਅਰੁਣਾਚਲ ਪ੍ਰਦੇਸ਼, ਇਟਾਨਗਰ, ਪੇਮਾ ਖਾਂਡੂ, ਬੀ ਡੀ ਮਿਸ਼ਰਾ। ਇੱਕ ਪਾਸੇ ਸਟੇਟਸ ਲਿਖੀਆਂ, ਉਹਦੇ ਕੈਪੀਟਲ ਲਿਖੇ ਆ, ਉਹਦੇ ਚੀਫ ਮਿਨਿਸਟਰ ਲਿਖੇ ਆ, ਉਹਦੇ ਗਵਰਨਰ ਲਿਖੇ ਆ। ਅਗਰ ਤੁਸੀਂ ਉਦੋਂ ਸਕਰੀਨਸ਼ੋਟ ਨਹੀਂ ਲਿਆ ਸੀ ਤਾਂ ਸਕਰੀਨਸ਼ੋਟ ਲੈ ਸਕਦੇ ਹੋ ਜੀ। ਤਾਂ ਦੇਖੋ, ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ। ਨੈਕਸਟ ਕਰਦੇ ਹਾਂ ਜੀ ਆਪਾਂ, ਸਕਰੀਨਸ਼ੋਟ ਨਹੀਂ ਲਿਆ ਤਾਂ ਤੁਸੀਂ ਲੈ ਲਿਓ। ਨੈਕਸਟ ਦੇਖੋ ਜੀ, ਸਿੱਖਿਆ ਵਿੱਚ ਕਿੰਡਰਗਾਰਡਨ ਵਿਚਾਰਧਾਰਾ ਕਿਸ ਦੀ ਦੇਣ ਹੈ? ਆਪਸ਼ਨ ਏ ਮੌਂਟਸਰੀ, ਆਪਸ਼ਨ ਬੀ ਜੌਨ ਡੇਵੀ, ਆਪਸ਼ਨ ਸੀ ਪੈਸਟਾਲੋਜੀ, ਆਪਸ਼ਨ ਡੀ ਫਰੋਬਲ। ਸਿੱਖਿਆ ਵਿੱਚ ਕਿੰਡਰਗਾਰਡਨ ਵਿਚਾਰਧਾਰਾ ਕਿਸ ਦੀ ਦੇਣ ਹੈ? ਕੀ ਆਏਗਾ, ਸਿੱਖਿਆ ਵਿੱਚ ਕਿੰਡਰਗਾਰਡਨ ਵਿਚਾਰਧਾਰਾ ਕਿਸ ਦੀ ਦੇਣ ਹੈ? ਵੈਰੀ ਵੈਰੀ ਈਜ਼ੀ, ਗਲਤ ਨਾ ਕਰਿਓ। ਆਪਸ਼ਨ ਨੰਬਰ ਡੀ ਆਏਗਾ, ਫਰੋਬਲ ਆਏਗਾ। ਹੁਣੇ ਤੁਹਾਨੂੰ ਦੱਸ ਕੇ ਹਟੇ, ਡੀ ਆਏਗਾ ਜੀ ਜੈਸ਼ੰਕਰ ਜੀ, 509%, 499 ਤੋਂ 509 'ਤੇ ਆ ਗਏ ਜੀ। ਤਾਂ ਡੀ ਆਪਸ਼ਨ ਆਏਗਾ, ਫਰੋਬਲ ਦਾ। ਯਾਦ ਰੱਖਿਓ, ਜਿੱਥੇ ਵੀ ਤੁਹਾਨੂੰ ਕਿੰਡਰਗਾਰਡਨ ਵਿਚਾਰਧਾਰਾ ਦਿਖਿਓ ਤਾਂ ਫਰੋਬਲ ਦਾ ਨਾਮ ਲੈ ਦਿਓ, ਡੀ ਆਏਗਾ। ਬਿਲਕੁਲ ਜੀ, ਆਪਸ਼ਨ ਨੰਬਰ ਡੀ ਆਏਗਾ। ਇੰਝ ਨਾਲ ਨਾਲ ਤੁਹਾਨੂੰ ਮੈਂ ਯਾਦ ਕਰਾਉਂਦਾ ਜਾਊਂਗਾ, ਫਿਰ ਜਦੋਂ ਵੀ ਤੁਸੀਂ ਪੜ੍ਹੋਗੇ ਇਹਨਾਂ ਨੂੰ ਦੁਬਾਰਾ ਤਾਂ ਤੁਹਾਨੂੰ ਔਖੇ ਨਹੀਂ ਲੱਗਣਗੇ। ਤਾਂ ਆਪਸ਼ਨ ਨੰਬਰ ਡੀ। ਤਾਂ ਨੈਕਸਟ ਕਰਦੇ ਹਾਂ ਜੀ ਆਪਾਂ, ਤਾਂ ਬਹੁ ਪੱਖੀ ਬੁੱਧੀ ਸਿਧਾਂਤ ਦਾ ਪ੍ਰਤੀਪਾਦਨ ਕਿਸ ਨੇ ਕੀਤਾ? ਉਹਦਾ ਪ੍ਰਤੀਪਾਦਕ ਕੌਣ ਹੈ? ਬਹੁ ਪੱਖੀ ਬੁੱਧੀ ਦਾ ਸਿਧਾਂਤ ਕਿਹਨੇ ਦਿੱਤਾ ਆਪਾਂ ਨੂੰ? ਆਪਸ਼ਨ ਏ ਥਾਰਨ ਡਾਇਕ, ਆਪਸ਼ਨ ਬੀ ਥਰਸਟਨ, ਆਪਸ਼ਨ ਸੀ ਕਰੋਵੈਨ ਕਰੋ, ਆਪਸ਼ਨ ਡੀ ਕੋਈ ਨਹੀਂ। ਤਾਂ ਬਹੁ ਪੱਖੀ ਬੁੱਧੀ ਸਿਧਾਂਤ ਦਾ ਪ੍ਰਤੀਪਾਦਕ ਕੌਣ ਹੈ? ਮੈਂ ਤੁਹਾਨੂੰ ਕਿਹਾ ਜੀ ਡੇਲੀ ਮੋਕ ਟੈਸਟ ਜ਼ਰੂਰ ਲਗਾਇਆ ਕਰੋ, ਇੱਕ ਘੰਟਾ ਹੀ ਹੁੰਦਾ ਬਸ, ਬਹੁਤ ਨੌਲੇਜ ਗੇਨ ਕਰੋਗੇ ਤੁਸੀਂ, ਬਹੁਤ ਨੌਲੇਜ, ਕਿਉਂਕਿ ਕਿਤਾਬ ਪੜ੍ਹੀ ਤੁਹਾਨੂੰ ਕਿਤੇ ਭੁੱਲ ਸਕਦੀ ਹੈ, ਬਟ ਮੋਕ ਟੈਸਟ ਦੇ ਵਿੱਚ ਪੜ੍ਹੇ ਕੁਸ਼ਚਨ ਤੁਸੀਂ ਨਹੀਂ ਭੁੱਲੋਗੇ। ਕਾਰਨ ਕੀ ਹੁੰਦਾ, ਤੁਹਾਡੇ ਸਾਹਮਣੇ ਕੁਸ਼ਚਨ ਪਿਆ, ਤੁਹਾਨੂੰ ਮੈਂ ਦੱਸ ਰਿਹਾ, ਤੁਹਾਡੇ ਫਰੈਂਡਸ ਤੁਹਾਨੂੰ ਜਵਾਬ ਵੀ ਦੇ ਰਹੇ ਹੈ, ਅਗਰ ਡਾਊਟ ਆਊਗਾ ਉਹ ਵੀ ਮੈਂ ਕਲੀਅਰ ਕਰ ਦੂੰ, ਤਾਂ ਤੁਸੀਂ ਉਹਦੇ ਮੈਂ ਤਾਂ ਪੁੱਛ ਲਿਆ ਕਰੋ, ਬਟ ਭੁੱਲੋਗੇ ਨਹੀਂ। ਜੇ ਦੋ ਵਾਰੀ ਵੀ ਤੁਸੀਂ ਦੁਬਾਰਾ ਰਿਵੀਜ਼ਨ ਕਰ ਲਈ ਮੋਕ ਟੈਸਟ ਦੀ, ਪੂਰੀ ਜ਼ਿੰਦਗੀ ਨਹੀਂ ਭੁੱਲੋਗੇ, ਕਿਉਂਕਿ ਅੱਗੇ ਜਦੋਂ ਟੀਚਰ ਬਣੇ ਉਦੋਂ ਵੀ ਤੁਹਾਡੇ ਬਹੁਤ ਕੰਮ ਆਊਗਾ ਇਹ ਸਾਰਾ ਕੁਝ। ਤਾਂ ਆਪਸ਼ਨ ਨੰਬਰ ਏ ਆਏਗਾ ਜੀ, ਥਾਰਨ ਡਾਇਕ। ਤਾਂ ਯਾਦ ਰੱਖਿਓ, ਥਾਰਨ ਡਾਇਕ ਨੇ ਦਿੱਤਾ ਬਹੁ ਪੱਖੀ ਬੁੱਧੀ ਦਾ ਸਿਧਾਂਤ। ਬਿਲਕੁਲ ਰਾਈਟ ਹੈ, ਥਾਰਨ ਡਾਇਕ। ਤਾਂ ਥਾਰਨ ਡਾਇਕ ਨੇ ਦਿੱਤਾ ਬਹੁ ਪੱਖੀ ਬੁੱਧੀ, ਬਿਲਕੁਲ ਜੀ ਆਪਸ਼ਨ ਨੰਬਰ ਏ ਆਏਗਾ, ਇਹ ਬਿਲਕੁਲ ਰਾਈਟ ਆਪਸ਼ਨ ਹੈ। ਤਾਂ ਆਪਸ਼ਨ ਨੰਬਰ ਏ, ਬਹੁ ਪੱਖੀ ਬੁੱਧੀ ਇਜ਼ ਇਕੁਅਲ ਟੂ ਪਾਲੋ ਥਾਰਨ ਡਾਇਕ। ਤਾਂ ਥਾਰਨ ਡਾਇਕ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕਰਦੇ ਹਾਂ, ਸਾਰੇ ਕੁਸ਼ਚਨ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ ਹੈ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ, ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ।
नेक्स्ट देखो जी, देखो एक क्वेश्चन पढ़ो, संकल्प जिहड़ा संकल्प शब्द है ना, साधारण अर्थ की हुंदा है? ते साधारण अर्थ की गल की गई है, संकल्प शब्द का साधारण अर्थ की हुंदा है? ऑप्शन ए दिमाग विच एक फोटो, ऑप्शन बी एक साधारण विचार, ऑप्शन सी एक विशेषता या गुण, ऑप्शन डी उपरोक्त विचों कोई नहीं। संकल्प तो जिहड़े भी कैंडीडेट सी दस रहे हैं, पहले तुसी समझो कि संकल्प का मतलब की हुंदा है। संकल्प का मतलब की हुंदा जी, कि आप सोचते हैं मतलब कि एक हिंदी का भी वर्ड है ये संकल्प, कि संकल्प लिया ये काम करना है, ये संकल्प तो उन्होंने कहते हैं संकल्प ठान लेना किसी चीज़ में। तो जो आप किसी ना किसी ठान लेने हैं, मतलब इन जो आप साधारण अर्थ की गल करिए, दिमाग दे विच तुसी ये ठान लिया, संकल्प लिया कि मैं टेट पास करना है, तो थोड़े की है मन दे विच एक साधारण अर्थ की निकलिया कि तुसी एक साधारण विचार जिहड़ा लिया आपके मन दे विच कि हाँ मैं टेट पास करना है। क्योंकि दिमाग दे विच कोई फोटो नहीं बनूगी टेट की, या कोई एक विशेष गुण नहीं हुंदा, की होगा एक साधारण विचार। संकल्प की है एक विचार जिहड़ा जिहड़ा पूरे मन लगा के पूरे दृढ़ विश्वास नाल आप संकल्प लेने, एक साधारण जहा विश्वास होंगे जो आप साधारण अर्थों के गल करिए, एक विचार अपने मन च बन जाता है कि हाँ मैं टेट पास करूँगा या मैं टेट पास करूँगी, तो ऑप्शन नंबर बी आएगा, बी बिल्कुल राइट ऑप्शन है। तो याद रखियो क्वेश्चन औखा नहीं सी, बस उन्होंने समझना है। थोड़ा मैं शुरू तो ये गल कहना कि समझ लिया करो कि जो वर्ड दिता है, जो अक्षर दिता है, जो लाइन दिती है, वो साढ़े तो पुछ की रहे हैं बस। नेक्स्ट कर दें आप, नेक्स्ट क्वेश्चन है देखो जी अपने कोट, नेक्स्ट है देखो अपने कोट, वो कोट है कितने, तो उनका चीफ जस्टिस कौन है? देखो अपना जो कोट है पंजाब एंड हरियाणा हाई कोर्ट तीजे नंबर पर पे है। तो याद रखियो पंजाब एंड हरियाणा हाई कोर्ट है कितने, चंडीगढ़ दे विच। तो ये सांझा किन्ना दा, हरियाणा दे पंजाब दा, ते कृष्ण मुरारी जेडे चीफ जस्टिस है, नाम बड़ा ईजी है जी, कृष्ण मुरारी जेडे उतों के चीफ जस्टिस है पंजाब एंड हरियाणा हाई कोर्ट के। तो पंजाब एंड हरियाणा हाई कोर्ट चंडीगढ़ सांझा हैगा हरियाणा दे पंजाब दा, कृष्ण मुरारी उतों के चीफ जस्टिस है। उड़ीसा हाई कोर्ट उड़ीसा दे विच है, पटना हाई कोर्ट जो कि बिहार दा है, राजस्थान हाई कोर्ट राजस्थान, सिक्किम हाई कोर्ट सिक्किम दे विच, तो उन्होंने लिखे हुए हैं जी सारे विजय कुमार मुहम्मद, तो सारा लिखा हुआ कल्पेश, तुसी इन्हां दे चीफ जस्टिस याद रखियो। पंजाब ते हरियाणा हाई कोर्ट का खास याद रखियो कृष्ण मुरारी। नेक्स्ट करते हैं जी आप, नेक्स्ट क्वेश्चन इंपॉर्टेंट बहुत है, ध्यान नाल जवाब दियो इसका। नेक्स्ट जी, दुनिया की सब तो वध बोली जाने वाली भाषा केड़ी है? ऑप्शन ए इंग्लिश अंग्रेजी, ऑप्शन बी हिंदी, ऑप्शन सी चीनी भाषा, ऑप्शन डी स्पैनिश। दुनिया की सब तो वध बोली जाने वाली भाषा केड़ी है? अमरजीत सिंह जी बहुत बहुत स्वागत है जी, की आएगा? दुनिया की सब तो वध बोली जाने वाली भाषा केड़ी है? अमरजीत सिंह जी, यस, राइट ऑप्शन है ऑप्शन नंबर सी चाइनीज, चीनी भाषा, चीनी भाषा आएगी जी चाइनीज, मैंने पता सी
ਕਿ ਤੁਸੀਂ ਇੰਗਲਿਸ਼ ਕਹੋਗੇ ਤਾਂ ਪਹਿਲੇ ਨੰਬਰ 'ਤੇ ਐਂ ਚਮਕਾਇਆ ਸੀ ਦੋ ਵਾਰੀ ਇੰਗਲਿਸ਼ ਅੰਗਰੇਜ਼ੀ ਚਾਈਨੀਜ਼ ਚਾਈਨੀਜ਼ ਆਏਗਾ ਚਾਈਨੀਜ਼ ਭਾਸ਼ਾ ਦੁਨੀਆ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਯਾਦ ਰੱਖਿਓ ਅੰਗਰੇਜ਼ੀ ਨਹੀਂ ਹੈ ਚਾਈਨੀਜ਼ ਹਨੀ ਜੀ ਯਾਦ ਰੱਖਿਓ ਚਾਈਨੀਜ਼ ਆਏਗਾ ਚਾਈਨੀਜ਼ ਭਾਸ਼ਾ ਸਾਰਿਆਂ ਤੋਂ ਜ਼ਿਆਦਾ ਜਿਹੜੀ ਉਹ ਬੋਲੀ ਜਾਂਦੀ ਹੈ ਤਾਂ ਪਹਿਲੀ ਭਾਸ਼ਾ ਚਾਈਨੀਜ਼ ਹੈ ਯਾਦ ਰੱਖਿਓ ਕਿਉਂਕਿ ਜਦੋਂ ਵੀ ਆਪਾਂ ਸੁਣਦੇ ਹਾਂ ਕਿਉਂਕਿ ਆਪਾਂ ਨੂੰ ਐਂ ਹੁੰਦਾ ਕਿ ਇੰਗਲਿਸ਼ ਬੋਲੀ ਜਾਂਦੀ ਹੈ ਬਟ ਨਹੀਂ ਚਾਈਨੀਜ਼ ਇਹਨੂੰ ਯਾਦ ਰੱਖਣ ਦਾ ਤਰੀਕਾ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੀ ਪਾਪੂਲੇਸ਼ਨ ਹੈ ਉਹ ਚਾਈਨਾ ਦੀ ਹੈ ਤਾਂ ਫਿਰ ਚਾਈਨਾ ਹੀ ਜ਼ਿਆਦਾ ਭਾਸ਼ਾ ਬੋਲੀ ਜਾਂਦੀ ਹੋਊ ਇਹਨੂੰ ਯਾਦ ਰੱਖਣ ਦਾ ਤਰੀਕਾ ਇੰਝ ਯਾਦ ਰੱਖ ਲਿਓ ਕਿ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਚਾਈਨਾ ਦੀ ਅਤੇ ਚਾਈਨੀਜ਼ ਹੀ ਬੋਲੀ ਜਾਂਦੀ ਹੈ ਬਸ ਇਹਨੂੰ ਐਂ ਯਾਦ ਰੱਖਿਓ ਭੁੱਲੂਗਾ ਨਹੀਂ ਨੈਕਸਟ ਧਰਤੀ ਦੇ ਕੇਂਦਰੀ ਹਿੱਸੇ ਨੂੰ ਕੀ ਕਹਿੰਦੇ ਆ ਆਪਸ਼ਨ ਏ ਕੇਂਦਰ ਆਪਸ਼ਨ ਬੀ ਧੁਰਾ ਆਪਸ਼ਨ ਸੀ ਸੈਂਟਰ ਆਪਸ਼ਨ ਡੀ ਕੋਰ ਧਰਤੀ ਦੇ ਕੇਂਦਰੀ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ ਕੇਂਦਰ ਧੁਰਾ ਸੈਂਟਰ ਜਾਂ ਕੋਰ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਡੀ ਕੋਰ ਦੇਖੋ ਜੀ ਦੇਖੋ ਕੁਸ਼ਚਨ ਕੀ ਸੀ ਕੇਂਦਰੀ ਹਿੱਸਾ ਤਾਂ ਦੇਖੋ ਪਹਿਲੇ ਨੰਬਰ 'ਤੇ ਕੀ ਪਾਇਆ ਕੇਂਦਰ ਪਜ਼ਲ ਕਰਨ ਵਾਲਾ ਇਸ ਤਰ੍ਹਾਂ ਪਜ਼ਲ ਕਰੂਗਾ ਕਿਉਂ ਕਿਉਂਕਿ ਜਿਹੜੇ ਕੈਂਡੀਡੇਟ ਸੋਚਣਗੇ ਕਿ ਕੇਂਦਰੀ ਹਿੱਸਾ ਪੁੱਛਿਆ ਤਾਂ ਕੇਂਦਰ ਹੀ ਆਊਗਾ ਨਹੀਂ ਆਪਸ਼ਨ ਨੰਬਰ ਡੀ ਆਊਗਾ ਕੋਰ ਕਿਉਂਕਿ ਮੈਂ ਤੁਹਾਨੂੰ ਰੋਜ਼ ਕਹਿੰਦਾ ਕੁਸ਼ਚਨ ਦਾ ਆਂਸਰ ਕੁਛ ਹੋਰ ਹੁੰਦਾ ਲੱਗਦਾ ਕੁਛ ਹੋਰ ਹੁੰਦਾ ਤਾਂ ਡੀ ਆਊਗਾ ਡੀ ਇਜ਼ ਦਾ ਰਾਈਟ ਆਪਸ਼ਨ ਕੋਰ ਯਾਦ ਰੱਖਿਓ ਆਪਸ਼ਨ ਨੰਬਰ ਡੀ ਆਊਗਾ ਕੋਰ ਜਿਹੜਾ ਕੇਂਦਰੀ ਹਿੱਸਾ ਧਰਤੀ ਦਾ ਥੱਲੇ ਉਹਨੂੰ ਕੋਰ ਕਿਹਾ ਜਾਂਦਾ ਆਪਸ਼ਨ ਨੰਬਰ ਡੀ ਨੈਕਸਟ ਕਰਦੇ ਹਾਂ ਆਪਾਂ ਨੈਕਸਟ ਦੇਖੋ ਜੀ ਇਹ ਆਡਰ ਜਿਹੜੀਆਂ ਉਹ ਬਣੀਆਂ ਹੋਈਆਂ ਜਿਹੜੀਆਂ ਲੇਅਰਸ ਹੈ ਥੱਲੇ ਇੱਕ ਦਿਨ ਮੈਂ ਤੁਹਾਨੂੰ ਲਿਖਾਈਆਂ ਵੀ ਸੀ ਜੇ ਕਹੋਗੇ ਕੱਲ੍ਹ ਨੂੰ ਆਪਾਂ ਫਿਰ ਲਿਖ ਲਾਂਗੇ ਤਾਂ ਇਹਨਾਂ ਨੂੰ ਯਾਦ ਰੱਖਿਆ ਕਰੋ ਜੀ ਨੈਕਸਟ ਹੈ ਬਹਾਕਾ ਵਾਤਾ ਡਡਨਾਤਾ ਜਦੂਰੂ ਅਤੇ ਸ਼ਹੂ ਲੋਕ ਨਾਚ ਕਿਸ ਪ੍ਰਾਂਤ ਦੇ ਹੈ ਆਪਸ਼ਨ ਏ ਮਨੀਪੁਰ ਆਪਸ਼ਨ ਬੀ ਉੜੀਸਾ ਆਪਸ਼ਨ ਸੀ ਕਰਨਾਟਕਾ ਆਪਸ਼ਨ ਡੀ ਤਮਿਲਨਾਡੂ ਬਹਾਤਾ ਵਾਤਾ ਡਡਨਾਤਾ ਜਦਰੂ ਸ਼ਹੂ ਲੋਕ ਨਾਚ ਕਿੱਥੋਂ ਦੇ ਹੈ ਕੀ ਆਊਗਾ ਜੀ ਉੜੀਸਾ ਆਏਗਾ ਜੀ ਆਪਸ਼ਨ ਨੰਬਰ ਬੀ ਆਏਗਾ ਉੜੀਸਾ ਉੜੀਸਾ ਇਜ਼ ਦਾ ਰਾਈਟ ਆਪਸ਼ਨ ਤਾਂ ਉੜੀਸਾ ਆਊਗਾ ਉੜੀਸਾ ਇਜ਼ ਦਾ ਰਾਈਟ ਆਪਸ਼ਨ ਤਾਂ ਉੜੀਸਾ ਤੋਂ ਯਾਦ ਰੱਖਿਓ
नेक्स्ट आप करते हैं उड़ीसा आएगा, बी ऑप्शन आएगा उड़ीसा। नेक्स्ट क्वेश्चन है, इस तो बाद आप मैच करेंगे जी, ये आखिरी क्वेश्चन है। हेठ लिखा तो किस दिन नियुक्ति राष्ट्रपति नहीं करता? ऑप्शन वित्त आयोग, ऑप्शन बी योजना आयोग, ऑप्शन सी राजकीय भाषा आयोग, ऑप्शन डी संघ लोक सेवा आयोग। क्या होगा जी, किस दिन नियुक्ति राष्ट्रपति नहीं करता? इतने नहीं दी गल की गई है, की आएगा? सारे कैंडिडेट एक गल याद रखियो, क्वेश्चन नू रिलेट करया करो। देखो किमें उन्होंने की किया है, हेठ लिखा चौंक किस दिन नियुक्ति राष्ट्रपति नहीं करता। देखो जी तुम मैं एक दिन क्वेश्चन मिला था आप किया भी सी कि योजना आयोग का मुखी कौन होंगे, तो योजना आयोग का मुखी होंगे प्रधानमंत्री। तो फिर प्रधानमंत्री जड़ा योजना आयोग है जी, राष्ट्रपति द्वारा इनकी नियुक्ति नहीं की जाती, तो ऑप्शन नंबर बी आऊगी, तो योजना आयोग। देखो ये क्वेश्चन पजल करते हैं, मैंने पता कि क्वेश्चन पजल करेंगे ही करेंगे, इनका कारण की इनू रिलेट कर लो किवें इनू याद रख सके। देखो योजना आयोग का मुखी कौन होंगे, प्रधानमंत्री, तो इनकी नियुक्ति किने द्वारा नहीं की जाती, राष्ट्रपति द्वारा नहीं की जाती। देखो अज तो बाद क्वेश्चन नहीं भुलोंगे तुसी, अज तो बाद तुसी ये क्वेश्चन नहीं भुलोगे, क्यों? क्योंकि मैं दस्या ही थोनू इस हिसाब नाल, योजना आयोग का मुखी कौन होंगे, प्रधानमंत्री, तो नियुक्ति इनकी राष्ट्रपति द्वारा नहीं की जाती, याद रखियो। क्वेश्चन मैं थोड़ा उस दिन भी कहा इस ढंग करया करो, कदे ना भुले, जिमें हूँ मैं थोड़ा दसिया तुम एनू इन बिन्न याद रखना, ये 100% है कि थोड़े दिमाग चो कदे नहीं निकलूगा। योजना आयोग आऊगा जी ऑप्शन नंबर बी, क्वेश्चन याद रखियो। करिए जी आप आगे भी, मेरा तो गला ही बंद हो ही जाता, पता नहीं की गल है। देखो जी नेक्स्ट क्वेश्चन है, इनू सोल्व करना है तुसी, 2x+4+3x+8+7x+9x=33, एक्स की वैल्यू कढ़नी है, की आऊगा जी? यस नीति आयोग, योजना आयोग, पजल करने वास्ते क्वेश्चन पाया होंगे। की आऊगा ऑप्शन ए, ऑप्शन बी, ऑप्शन सी, ऑप्शन डी। टिंकू कुमार जी बस 5-7 मिनट होर, क्या होगा? राइट ऑप्शन है ऑप्शन नंबर, ऑप्शन नंबर ए, ए आऊगा। देखो जी इन्हें सॉल्व किया हुआ है, 2x+4, 3x+8, 7x+9x, 21x बन गया, 12 बन गया, उधर माइनस करता 12 नू 21 बन गया, 21x=21x एक आ गया, बिल्कुल ऑप्शन नंबर एक। नेक्स्ट जी, नेक्स्ट क्वेश्चन बिल्कुल ईजी है, सिर्फ दिमाग की प्रैक्टिस के लिए। थोड़ी घड़ी तो छोटी सुई 12 तो 1 के विचकार है, तो वड्डी सुई 6 ते है, तो कितना टाइम होया? 12:25, 12:30, 12:40, 12:50।
ਕੀ ਆਊਗਾ ਜੀ ਤੁਹਾਡੀ ਘੜੀ 'ਤੇ ਛੋਟੀ ਸੂਈ 12 ਤੋਂ 1 ਦੇ ਵਿਚਕਾਰ ਹੈ, ਵੱਡੀ ਸੂਈ 6 'ਤੇ ਹੈ, ਤਾਂ ਟਾਈਮ ਕਿੰਨਾ ਹੋ ਗਿਆ? ਰਾਈਟ ਹੈ ਜੀ, ਇੰਨੀ ਸੋਚਣ ਵਾਲੀ ਤਾਂ ਗੱਲ ਨਹੀਂ ਹੈਗੀ। ਆਪਸ਼ਨ ਨੰਬਰ ਬੀ 12.5। 12.5 ਵੱਜ ਜਾਂਦੇ ਆ ਜੀ ਜਦੋਂ 12 ਤੋਂ 1 ਦੇ ਵਿਚਕਾਰ ਛੋਟੀ ਸੂਈ ਹੋਵੇ ਤਾਂ ਵੱਡੀ ਸੂਈ 6 'ਤੇ ਹੋਵੇ। ਯੈਸ, 12.5 ਆਪਸ਼ਨ ਨੰਬਰ ਬੀ, ਬਿਲਕੁਲ ਬਿਲਕੁਲ ਆਪਸ਼ਨ ਨੰਬਰ ਬੀ। ਸਿਰਫ ਦਿਮਾਗ ਦੀ ਪ੍ਰੈਕਟਿਸ ਵਾਸਤੇ ਕਿ ਦਿਮਾਗ ਛੇਤੀ ਤੋਂ ਚੀਜ਼ ਨੂੰ ਕੈਚ ਕਰੇ। ਬੀ ਆਏਗਾ ਜੀ। ਨੈਕਸਟ ਕੁਸ਼ਚਨ ਕਰਦੇ ਹਾਂ ਆਪਾਂ। ਨੈਕਸਟ ਦੇਖ ਸਕਦੇ ਹੋ ਜੀ ਆ ਕੀ ਆ ਗਿਆ, ਪੰਜਾਬ ਹਰਿਆਣਾ, ਇਹ ਤਾਂ ਪੁਰਾਣਾ ਹੈ, ਤਾਂ ਵੇਖ ਲਓ ਜੀ ਇੱਕ ਵਾਰ ਫਿਰ ਪੜ੍ਹ ਲਓ। ਪੰਜਾਬ ਚੰਡੀਗੜ੍ਹ, ਕੈਪਟਨ ਅਮਰਿੰਦਰ ਸਿੰਘ ਜੀ, ਬੀ ਪੀ ਸਿੰਘ ਬਦਨੌਰ। ਮਹਾਰਾਸ਼ਟਰ, ਕਰਨਾਟਕਾ, ਕੇਰਲਾ, ਬਿਹਾਰ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਤਮਿਲਨਾਡੂ। ਫੋਟੋ ਖਿੱਚ ਲਓ ਜੀ ਇਹਦੀ। ਇਹਨੇ ਕੈਪੀਟਲਸ ਲਿਖੇ ਹੋਏ ਆ, ਚੀਫ ਮਿਨਿਸਟਰ ਲਿਖੇ ਆ, ਅਤੇ ਗਵਰਨਰ ਪਿੱਛੇ ਵੀ ਆਪਾਂ ਕੀਤਾ ਸੀ, ਇਹ ਵੀ ਹੈ ਜੀ। ਯਾਦ ਰੱਖਿਓ ਇਹਨਾਂ ਦੀ, ਫਿਰ ਲਿਖ ਲਓ, ਯਾਦ ਰੱਖਿਓ, ਜਿੰਨੀ ਵਾਰੀ ਤੁਹਾਡੇ ਅੱਗੇ ਆਊਗਾ ਉਨੀ ਵਾਰੀ ਤੁਸੀਂ ਪੜ੍ਹ ਲੈਣਾ, ਜਲਦੀ ਨਾਲ ਯਾਦ ਹੋ ਜਾਣਗੇ। ਨੈਕਸਟ ਜੀ, ਤੁਹਾਡੇ ਕੋਲ 1000 ਰੁਪਏ ਹੈ, ਤੁਸੀਂ 20% ਕਿਰਾਇਆ ਦਿੱਤਾ, 25% ਹੋਟਲ ਦਾ ਖਰਚਾ ਕੀਤਾ ਅਤੇ 10% ਘਰੇਲੂ ਖਰਚਾ ਕੀਤਾ, ਤੁਹਾਡੇ ਕੋਲ ਹੁਣ ਕਿੰਨੇ ਰੁਪਏ ਬਚੇ ਹੈ? ਆਪਸ਼ਨ ਏ 430, ਆਪਸ਼ਨ ਬੀ 450, ਆਪਸ਼ਨ ਸੀ 550, ਆਪਸ਼ਨ ਡੀ 650। ਸੁਮਨ ਬਾਲਾ ਜੀ, ਇਹ ਕੁਸ਼ਚਨ ਤਾਂ ਪਾਏ ਹੁੰਦੇ ਪ੍ਰੈਕਟਿਸ ਵਾਸਤੇ ਛੋਟੇ ਛੋਟੇ, ਕਿਉਂਕਿ ਜੇ ਇੱਥੇ ਕੋਈ ਔਖਾ ਕੁਸ਼ਚਨ ਆ ਗਿਆ ਤਾਂ ਉਹ ਸਮਝਿਆ ਨਹੀਂ ਜਾਣਾ, ਜਿਹੜੇ ਵੀ ਕੈਂਡੀਡੇਟ ਨੂੰ ਉਹ ਨਾ ਆਇਆ। ਉਹਦਾ ਕਾਰਨ ਕੀ ਹੈ, ਕਿਉਂਕਿ ਇੱਥੇ ਪੈੱਨ ਨਹੀਂ ਚਲਾ ਸਕਦਾ ਮੈਂ, ਤਾਂ ਬੋਰਡ 'ਤੇ ਇਹੀ ਔਖੇ ਕੁਸ਼ਚਨ ਕਰਾਂਗੇ। ਇੱਥੇ ਤਾਂ ਪਾਏ ਜਾਂਦੇ ਕਿ ਈਜ਼ੀ ਈਜ਼ੀ ਤੁਸੀਂ ਜਲਦੀ ਨਾਲ ਇਹਨਾਂ ਨੂੰ ਨਿਕਾਲ ਸਕੋ। ਕਿਉਂਕਿ ਬਾਈ ਚਾਂਸ ਇਹ ਔਖਾ ਕੁਸ਼ਚਨ ਪਾ ਦਈਏ ਤਾਂ ਉਹ ਸਮਝ ਹੀ ਨਹੀਂ ਆਉਣਾ ਕਿ ਅਗਲਾ ਸਟੈਪ ਕਿਵੇਂ ਆਇਆ। ਦੱਸੋ ਜੀ ਕੀ ਆਏਗਾ ਇੱਥੇ। ਇਹ ਕੋਸ਼ਿਸ਼ ਕਰਿਆ ਕਰੋ ਕਿ ਜਲਦੀ ਤੋਂ ਜਲਦੀ ਅਸੀਂ ਸਭ ਤੋਂ ਪਹਿਲਾਂ ਜਵਾਬ ਦੇਈਏ। ਤਾਂ ਜਿਹੜੇ ਇਹ ਕੁਸ਼ਚਨ ਹੁੰਦੇ ਆ ਇਹਨਾਂ 'ਤੇ ਜਲਦੀ ਤੋਂ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਹੁੰਦੇ ਇਹ ਵੀ ਕੁਸ਼ਚਨ ਬੜੇ ਵਧੀਆ। ਦੇਖੋ ਜੀ, ਤੁਹਾਡੇ ਕੋਲ 1000 ਰੁਪਇਆ ਸੀ, ਤੁਸੀਂ 20% ਕੱਢ ਲਿਆ ਉਹਦਾ, 20% ਕੀ ਆਇਆ 200, ਫਿਰ 25% ਕੱਢ ਲਿਆ 250, ਫਿਰ 10% ਕੱਢ ਲਿਆ 100। ਤੁਸੀਂ ਕੀ ਕੀਤਾ, ਸਾਰਿਆਂ ਨੂੰ ਜੋੜਤਾ, 200 ਰੁਪਇਆ ਵੀ ਜੋੜਤਾ, 250 ਵੀ ਅਤੇ 100 ਵੀ, ਕਿੰਨਾ ਬਣ ਗਿਆ 550। ਜਦੋਂ ਤੁਸੀਂ 1000 ਦੇ ਵਿੱਚੋਂ 550 ਨੂੰ ਮਾਈਨਸ ਕਰਤਾ ਤਾਂ ਸਿਰਫ 450 ਰੁਪਇਆ ਤੁਹਾਡੇ ਕੋਲ ਰਹਿ ਜੂਗਾ। ਬਸ ਦੇਖੋ ਜੀ, ਬਸ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਕਿ 20%, 25% ਅਤੇ 10% ਤੁਸੀਂ 1000 ਦਾ ਕੱਢ ਲਿਆ, ਭਾਵੇਂ ਇਕੱਠਾ ਕੱਢ ਲਓ, ਤਾਂ 550 ਆ ਗਿਆ, ਵਿੱਚੋਂ ਮਾਈਨਸ ਕਰਤਾ ਅਤੇ 450 ਆ ਗਿਆ। ਨੈਕਸਟ, ਨੈਕਸਟ ਦੇਖੋ ਜੀ, ਦੇਖੋ ਆਪਾਂ ਵੇਖਦੇ ਹਾਂ ਇਹਦਾ ਜਵਾਬ ਸਭ ਤੋਂ ਪਹਿਲਾਂ ਕੌਣ ਦਿੰਦਾ ਸਹੀ ਜਵਾਬ। 10 ਵਿੱਚੋਂ 1 ਘਟਾਉਣ 'ਤੇ 3 ਜੋੜ ਕੇ, 3 ਨਾਲ ਤਕਸੀਮ ਕਰਕੇ, ਫਿਰ 8 ਜੋੜ ਕੇ, 5 ਘਟਾ ਕੇ, 3 ਹੋਰ ਘਟਾ ਕੇ, 4 ਨਾਲ ਤਕਸੀਮ ਕਰਕੇ ਕੀ ਆਊਗਾ? ਸ਼ੁਰੂ 10 ਵਿੱਚੋਂ ਕਰਨਾ ਹੈ, ਉਦੋਂ ਬਾਅਦ ਕੀ ਆਊਗਾ? ਆਪਸ਼ਨ ਏ 1, ਆਪਸ਼ਨ ਬੀ 2, ਆਪਸ਼ਨ ਸੀ 3, ਆਪਸ਼ਨ ਡੀ 4। ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਜਲਦੀ ਜਵਾਬ ਸਹੀ ਕੌਣ ਦਿੰਦਾ। ਹਨੀ ਜੀ ਨੇ ਸਭ ਤੋਂ ਪਹਿਲਾਂ ਇਹ ਉੱਤਰ ਦਿੱਤਾ, ਸਹੀ ਦਿੱਤਾ, ਕਿਉਂਕਿ ਜਵਾਬ ਸੀ ਇਹਦਾ ਏ। ਯੈਸ, ਹਨੀ ਜੀ ਦਾ ਸਭ ਤੋਂ ਪਹਿਲਾਂ
सही जवाब आया ए। देखो जी दस विचों एक घटाया, देखो दस विचों एक घटाया तो नौ आ गया, नौ दे विच तीन जोड़ते बारह, फिर तीन नाल तकसीम करती चार, फिर अठ जोड़ते बारह, फिर पंज घटाते सत्त, फिर तीन घटाते चार, फिर जरा चार आ गया चार नूं चार दे तकसीम करती एक आ गया। बस जिमें जिमें वह कही गए उमें उमें आप करी जाने, दस तो शुरू कर लिया जिमें जिमें अगे अगे करी जाते उमें उमें करते जाना है, बिल्कुल ईजी सी जी। बस आप स्पीड नूं किवें अगे वधाया जाए वह सी। बहुत वधिया जी जिन्हां ने जवाब दिता पहले नंबर दे दिता, बहुत वधिया दिता, क्योंकि पहले लक्की जी ने बी कहा सी बट उन्हां दा गलत हो गया सी, फिर हनी जी ने जवाब दिता सी ए, उन्हां दा सही हो गया। तो जल्दी नाल जवाब दिया करो, क्वेश्चन मैथ दे रोज़ पांच या छः होया करनगे सिर्फ प्रैक्टिस वास्ते, क्योंकि ये औखे नहीं होंगे, सिर्फ प्रैक्टिस करन वास्ते कि अपनी प्रैक्टिस बनी रहे, बस उस वास्ते आप कराया करांगे। तो सेंटेंस जरूर बना के जायो जी, फस्ट है लैथल, लैथल हुंदा जानलेवा, डेडली, मोरनफुल, उदास, सैड, रेडियंट, शानदार, ब्राइट, शानदार एक आप होर किया सी सरवन सिंह जी नूं याद होना, टफ, सख्त, हार्ड, तो लैथल, मोरनफुल, रेडियंट और टफ। तो सेंटेंस जरूर बनायो, लैथल जानलेवा, मोरनफुल, उदास, रेडियंट, शानदार, टफ, सख्त। वीडियो लाइक शेयर जरूर कर दियो जी। तो हूँ आप मिलेंगे जी मोक टेस्ट नंबर 133 कल नूं। पैरी जी तुसीं वीडियो दोबारा चला लो, दोबारा तो चला सकते हो जी वीडियो नूं। कल नूं मिलांगे जी आपां, जरूर पढ़ लिया करो सारे कैंडिडेट चंगी तरह एन हर क्वेश्चन नूं ध्यान नाल। तो बहुत वधिया सेंटेंस बना रहे हो जी तुसीं, बहुत वधिया। किवें लग्या जी मोक टेस्ट, मोक टेस्ट नंबर 132 मिलांगे हुण आपां जी कल नूं मोक टेस्ट नंबर 133 दे विच। किवें लग्या मोक टेस्ट जरूर दस्यो सारे कैंडीडेट, ते कमेंट जरूर करदे रहा करो जी नाल नाल। तब बने रहो जी, कोई भी जानकारी आई, कोई इन्फॉर्मेशन आई, सब तो पहला इन्फॉर्मेशन, जानकारी, कोई नोटिफिकेशन आई देवांगे जी। बहुत बहुत धन्यवाद जी सारियां दा, बहुत बहुत शुक्रिया। यस सरवन सिंह जी, यस रेडियंट स्टूडेंटियस,
ओके ओके बने रहो जी, कोई भी जानकारी आई जरूर देवांगे। कल नूं मिलांगे जी मॉक टेस्ट नंबर 133 दे विच। बहुत बहुत धन्यवाद जी सारयां दा, बहुत बहुत शुक्रिया।